ਸਤਿਗੁਰਾਂ ਦੇ ਪਾਵਨ ਪਵਿੱਤਰ ਪ੍ਰਸੰਗ ਨੂੰ ਆਰੰਭ ਕਰਨ ਤੋਂ ਪਹਿਲਾਂ ਆਓ ਧੰਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਿਆਰ ਸਹਿਤ ਸਿਰ ਝੁਕਾਈਏ ਫਤਿਹ ਦੀ ਸਾਂਝ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਟਾਣੇ ਇੱਕ ਬਚਨ ਕਿਹਾ ਹੈ ਕਿ ਆਪਾਂ ਇਤਿਹਾਸ ਵੱਲ ਝਾਤੀ ਪਾਉਨੇ ਆਂ ਪਹਿਲੇ ਗੁਰੂ ਸਹਿਬਾਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੇ ਧੁਰ ਤੋਂ ਹੀ ਗੁਰੂ ਸਨ ਉਹਨਾਂ ਨੂੰ ਇੱਥੇ ਆ ਕੇ ਗੁਰੂ ਨਾਨਕ ਦੇਵ ਜੀ ਨੂੰ ਨਾ ਗੁਰੂ ਬਣਾਉਣਾ ਪਿਆ ਨਾ ਗੁਰੂ ਦੀ ਸੇਵਾ ਕਰਨੀ ਪਈ ਇੱਕ ਘਰ ਵਿੱਚ ਜਨਮੇ ਤੇ ਸਿੱਧੇ ਹੀ ਗੁਰੂ ਪਦਵੀ ਨੂੰ ਪ੍ਰਾਪਤ ਉਹ ਨਾ ਕੀਤਾ ਪਰ ਜਦੋਂ ਅੱਗੇ ਚੱਲਨੇ ਆ ਇਹ ਦਾਤ ਭਾਵੇਂ ਧਰੋਂ 10 ਪਾਤਸ਼ਾਹੀਆਂ ਆਈਆਂ ਕੋਈ ਸ਼ੱਕ ਨਹੀਂ ਧਰੋਂ ਘੜੇ ਹੋਏ ਸਰੀਰ 10 ਇਸ ਧਰਤੀ ਤੇ ਆਏ ਨੇ ਜਿੰਨਾ ਵਰਗਾ ਦੂਸਰਾ ਕੋਈ ਨਹੀਂ ਪਰ ਜਦੋਂ ਛਾਤੀ ਪਾਉਣੇ ਆ ਤੇ ਦੂਜੇ ਪਾਤਸ਼ਾ ਵੀ ਬਾਰੋਂ ਆਉਂਦੇ ਨੇ ਗੁਰੂ ਨਾਨਕ ਦੇਵ ਜੀ ਦੇ ਕੋਲ ਉਹਨਾਂ ਦਾ ਪਹਿਲਾ ਜੀਵਨ ਕਈ ਸਾਲ ਗੁਰੂ ਘਰ ਤੋਂ ਬਾਹਰ ਗੁਜ਼ਰਦਾ ਹੈ ਜਿੱਥੇ ਜਨਮੇ ਸਨ ਉਸ ਘਰ ਵਿੱਚ ਰਿਵਾਜ ਸੀ ਦੇਵੀ ਦੀ ਪੂਜਾ ਕਰਨੀ ਦੇਵੀ ਦੀ ਯਾਤਰਾ ਕਰਨੀ ਜਗਰਾਤੇ ਕਰਨੇ ਭੇਟਾਂ ਗਾਉਣੀਆਂ ਇਹ ਕਰਦੇ ਰਹੇ ਤੇ ਬਾਹਰੋਂ ਆਏ ਗੁਰੂ ਅਮਰਦਾਸ ਜੀ ਵੀ ਇਸੇ ਤਰ੍ਹਾਂ ਨੇ ਉਹਨਾਂ ਦੀ ਜ਼ਿੰਦਗੀ ਦੇ ਵੀ ਤਕਰੀਬਨ 60-62 ਸਾਲ ਗੁਰੂ ਨਾਨਕ ਦੇ ਘਰ ਤੋਂ ਦੂਰ ਗੁਜ਼ਰੇ ਨੇ ਬਾਅਦ ਵਿੱਚ ਆਏ ਸੇਵਾ ਕੀਤੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਤੇ ਸਾਧ ਸੰਗਤ ਜੀ ਪਰਵਾਣ ਹੋ ਗਏ ਗੁਰੂ ਪਦਵੀ ਦੀ ਬਖਸ਼ਿਸ਼ ਮਿਲੀ ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਆਏ ਉਹ ਵੀ ਬਾਹਰੋਂ ਆਏ ਨੇ ਪਰ ਇੱਕ ਵਿਲੱਖਣਤਾ ਗੁਰੂ ਅਰਜਨ ਦੇਵ ਜੀ ਦੇ ਜੀਵਨ ਵਿੱਚ ਵੱਖਰੀ ਹੈ ਉਹ ਜਿੱਥੇ ਜਨਮੇ ਗੁਰੂ ਦੀ ਗੋਦ ਵਿੱਚ ਹੀ ਜਨਮੇ ਗੁਰੂ ਪਹਿਲਾਂ ਹੀ ਉੱਥੇ ਸਨ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਉੱਥੇ ਮੌਜੂਦ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜਨਮ ਹੁੰਦਾ ਹੈ ਗੁਰੂ ਕੋਲ ਹੈ ਤਾਂ ਭਟਾਂ ਨੇ ਕਿਹਾ ਕਹਿੰਦੇ ਤੁਸੀਂ ਜਨਮ ਲੈਂਦਿਆਂ ਹੀ ਗੁਰੂ ਹੋ ਜਨਮ ਲੈਂਦੇ ਤੁਸੀਂ ਪਹਿਲਾਂ ਹੀ ਉਸ ਥਾਂ ਤੇ ਤੇ ਆਏ ਜਿੱਥੇ ਪਹਿਲਾਂ ਹੀ ਗੁਰੂ ਦੀ ਗੋਦ ਹੈ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਕਲ ਜੋੜ ਕਰ ਸੋ ਜਸ ਵਿਖਾਣਿਓ ਭਟ ਕਲ ਜੀ ਨੇ ਉਸ ਤਤਵਿਤ ਵਿੱਚ ਹੱਥ ਜੋੜ ਕੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਸੇਸ਼ ਨਵਾਇਆ ਤੇ ਕਿਹਾ ਜਨਮ ਤੋਂ ਹੀ ਤੁਸੀਂ ਗੁਰੂ ਹੋ ਜਨਮ ਤੋਂ ਹੀ ਤੁਹਾਡੇ ਤੇ ਬਖਸ਼ਿਸ਼ ਹੈ ਤੁਸੀਂ ਗੁਰੂ ਦੇ ਪਰਿਵਾਰ ਵਿੱਚ ਜਨਮੇ ਹੋ ਫਿਰ ਬਖਸ਼ਿਸ਼ਾਂ ਵੀ ਮਿਲੀਆਂ ਉਹਦੇ ਵਿੱਚੋਂ ਕੱਲ ਆਪਾਂ ਜ਼ਿਕਰ ਕੀਤਾ ਸੀ ਕਿ ਉਹਨਾਂ ਦੇ ਅੰਦਰ ਦੋ ਗੁਣ ਬੜੇ ਵੱਡੇ ਨੇ ਇੱਕ ਗੁਣ ਦਾ ਜ਼ਿਕਰ ਕੀਤਾ ਸੀ ਸਾਦ ਸੰਗਤ ਨਿਮਰਤਾ ਦੀ ਹੱਦ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਵਿੱਚ ਹੈ ਪਰ ਦੋ ਚੀਜ਼ਾਂ ਦਾ ਜੋੜ ਕਈ ਵਾਰੀ ਤੁਸੀਂ ਵੇਖੋਗੇ ਜ਼ਿੰਦਗੀ ਦੇ ਅੰਦਰ ਕੋਈ ਦੁੱਖ ਹੀ ਨਾ ਆਵੇ ਤੇ ਬੰਦਾ ਵੈਸੇ ਹੀ ਸਕੂਨ ਵਿੱਚ ਰਹਿੰਦਾ ਹੈ ਸ਼ਾਂਤੀ ਵਿੱਚ ਪਤਾ ਹੀ ਨਹੀਂ ਲੱਗਦਾ ਇਹਦਾ ਸੁਭਾਅ ਕਿਵੇਂ ਦਾ ਹੈ ਕੋਈ ਰੁਕਾਵਟ ਹੀ ਨਾ ਪਵੇ ਤੇ ਪਤਾ ਕਿਵੇਂ ਲੱਗੇ ਠੇਡਾ ਵੱਜਦਾ ਹੈ ਕਿ ਨਹੀਂ ਵੱਜਦਾ ਰੁਕਾਵਟ ਨਾ ਪਵੇ ਤੇ ਅਸੀਂ ਕਈ ਵਾਰੀ ਕਹਿ ਦਿੰਨੇ ਆ ਫਲਾਣਾ ਬੰਦਾ ਬੜਾ ਸ਼ਾਂਤ ਹੈ ਨਹੀਂ ਸਾਧ ਸੰਗਤ ਸ਼ਾਂਤੀ ਦਾ ਪਤਾ ਉਦੋਂ ਲੱਗਦਾ ਹੈ ਜਦੋਂ ਨਾਲ ਅੱਗ ਬਲੇ ਉਥੇ ਪਤਾ ਲੱਗਦਾ ਹੈ ਬੰਦਾ ਗਰਮ ਹੁੰਦਾ ਹੈ ਕਿ ਨਹੀਂ ਹੁੰਦਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਐਸੇ ਸਤਿਗੁਰੂ ਨੇ ਜਿਨ੍ਹਾਂ ਦੇ ਜਨਮ ਤੋਂ ਲੈ ਕੇ ਹੀ ਚੌਂਵਾ ਪਾਸੇ ਉਹਨਾਂ ਨੂੰ ਤਪਾਉਣ ਦੇ ਸਾਧਨ ਮੌਜੂਦ ਸਨ ਕਿ ਕਿਤੇ ਗਰਮ ਹੋ ਜਾਣ ਕਿਤੇ ਤਪ ਜਾਣ ਕਿਨੇ ਅੰਦਰ ਤਪ ਛਾਜ ਹੈ ਜਨਮ ਤੋਂ ਲੈ ਕੇ ਪਹਿਲੇ ਦਿਨੋਂ ਹੀ ਜਨਮ ਤੋਂ ਲੈ ਕੇ ਇੱਕ ਬਚਨ ਤਿੰਨ ਉਹਨਾਂ ਦੇ ਅੱਜ ਮੈਂ ਸਾਂਝੇ ਕਰਾਂਗਾ ਜਿਹੜੇ ਉਹਨਾਂ ਦੇ ਨਾਨਾ ਗੁਰੂ ਜੀ ਨੇ ਕਹੇ ਔਰ ਮੈਂ ਵੀ ਬੇਨਤੀ ਕਰਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੀ ਦਾਤ ਵੀ ਨਾਨੇ ਨੇ ਬਖਸ਼ ਦਿੱਤੀ ਸੀ ਉਹਨਾਂ ਤੋਂ ਪਹਿਲੇ ਗੁਰੂ ਗੁਰੂ ਰਾਮਦਾਸ ਜੀ ਨੇ ਤੇ ਦਿੱਤੀ ਰਵਾਇਤੀ ਤੌਰ ਤੇ ਸਿੰਘਾਸਨ ਦਿੱਤਾ ਆਪਣੇ ਪੁੱਤਰ ਨੂੰ ਪਰ ਨਾਨੇ ਨੇ ਪਹਿਲੇ ਹੀ ਕਹਿ ਦਿੱਤਾ ਸੀ ਇਹ ਗੁਰੂ ਹੈ ਵੱਡਾ ਪੁਰਖ ਹੈ ਥਾਲ ਦਾ ਮਾਲਕ ਦੋ ਕੁ ਸ਼ਬਦ ਗੁਰਬਾਣੀ ਦੇ ਸਾਂਝੇ ਕਰਦਿਆਂ ਕਿਉਂਕਿ ਕੱਲ ਵੀ ਬੇਨਤੀ ਕੀਤੀ ਸੀ ਆਪਾਂ ਨਾਲ ਇਤਿਹਾਸ ਵੀ ਕਹਿਣਾ ਪਰ ਗੁਰੂ ਦਾ ਇਤਿਹਾਸ ਗੁਰੂ ਦੀ ਬਾਣੀ ਹੈ ਬਾਰੀ ਗੱਲ ਵੀ ਕਰਾਂਗੇ ਪਰ ਜੋ ਉਹਨਾਂ ਦੀ ਰਸਨਾ ਤੋਂ ਨਿਕਲਿਆ ਸਤਿਗੁਰਾਂ ਨੂੰ ਕਿਸੇ ਸਵਾਲ ਕੀਤਾ ਅਸੀਂ ਰੋਜ਼ ਪੜ੍ਹਨੇ ਆ ਬੰਦੇ ਦੀ ਲੋੜ ਹੈ ਦੋ ਚੀਜ਼ਾਂ ਦੋ ਚੀਜ਼ਾਂ ਦੀ ਸਲਾਮਤੀ ਬੰਦਾ ਮੰਗਦਾ ਹੈ ਤੇ ਬੰਦੇ ਨੂੰ ਚਾਹੀਦੀ ਵੀ ਹੈ ਇਹ ਸੱਚ ਹੈ ਦੋ ਕਿਹੜੀਆਂ ਚੀਜ਼ਾਂ ਨੇ ਬੰਦੇ ਦਾ ਮਨ ਤੇ ਬੰਦੇ ਦਾ ਤਨ ਕਿਹੜਾ ਮਨੁੱਖੇ ਜਿਹੜਾ ਕਹਿੰਦਾ ਮੇਰਾ ਤਨ ਠੀਕ ਨਾ ਰਵੇ ਕਿਹੜਾ ਮਨੁੱਖੇ ਜਿਹੜਾ ਕਹਿੰਦਾ ਮੇਰਾ ਮਨ ਖੁਸ਼ ਨਾ ਰਵੇ ਸਾਰਿਆਂ ਦੀ ਜ਼ਰੂਰਤ ਹੈ ਸਾਰਿਆਂ ਦੀ ਲੋੜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਕਿਸੇ ਸਵਾਲ ਕੀਤਾ ਹੈ ਤਨ ਤੇ ਮਨ ਕਿਵੇਂ ਖਿੜੇ ਰਹਿਣ ਤਨ ਤੇ ਮਨ ਖੁਸ਼ ਕਿਵੇਂ ਰਹਿਣ ਭਾਵੇਂ ਕਿ ਗੁਰਬਾਣੀ ਦੇ ਵਿੱਚ ਇਹਦੇ ਬਾਰੇ ਹੋਰ ਵੀ ਸਹਾਇਕ ਸ਼ਬਦ ਬਹੁਤ ਸਾਰੇ ਨੇ ਜਿਨ੍ਹਾਂ ਦੇ ਵਿੱਚ ਸਿੱਧ ਕਰ ਦਿੱਤਾ ਗਿਆ ਹੈ ਕਿ ਬੰਦੇ ਦਾ ਤਨ ਤੇ ਮਨ ਕਿਵੇਂ ਖਿੜ ਖਿੜ ਸਕਦੇ ਤੰਦਰੁਸਤ ਕਿਵੇਂ ਰਹਿ ਸਕਦੇ ਦੋ ਸਭ ਤੋਂ ਪਹਿਲੀਆਂ ਜ਼ਰੂਰਤਾਂ ਨੇ ਤਨ ਤੇ ਬਾਦ ਵਿੱਚ ਆਉਂਦਾ ਹੈ ਦੋ ਚੀਜ਼ਾਂ ਤੇ ਪਹਿਲਾਂ ਹੀ ਗੱਲ ਕੀਤੀ ਮੈਂ ਬਾਣੀ ਵਿੱਚੋਂ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਕਹਿਣ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦਾ ਇੱਕ ਵਚਨ ਕਹਿ ਦਿਆਂ ਸਹਿਬ ਕਹਿੰਦੇ ਨੇ ਜੇ ਕੋਈ ਬੰਦਾ ਬੋਲਣ ਵਿੱਚ ਫਿੱਕਾ ਹੈ ਉਹਦੀਆਂ ਦੋਵੇਂ ਚੀਜ਼ਾਂ ਫਿੱਕੀਆਂ ਪੈ ਜਾਣਗੀਆਂ ਦੋ ਚੀਜ਼ਾਂ ਤਨ ਤੇ ਮਨ ਦੋਵੇਂ ਫਿੱਕੇ ਹੋ ਜਾਣਗੇ ਪਹਿਲਾ ਸ਼ਬਦ ਦਾ ਪ੍ਰਭਾਵ ਪੈਂਦਾ ਸਤਿਗੁਰੂ ਨੇ ਬਚਨ ਕੀਤੇ ਕਹਿਣ ਲੱਗੇ ਨਾਨਕ ਫਿਕਾ ਬੋਲਿਆ ਤਨ ਮਨ ਫਿਕਾ ਹੋਏ ਬਸ ਫਿਰ ਤੈਨੂੰ ਆਪਣੇ ਤਨ ਤੇ ਮਨ ਨੂੰ ਫਿਕਾ ਕਰਨ ਦੀ ਲੋੜ ਕੋਈ ਨਹੀਂ ਇਹਨੂੰ ਰੋਗ ਲਾਉਣ ਦੀ ਲੋੜ ਹੀ ਕੋਈ ਨਹੀਂ ਕਿਤੇ ਉਹ ਲਿਆਉਣ ਦੀ ਲੋੜ ਨਹੀਂ ਬਸ ਬਾਦੂ ਨੇ ਇਹਦੇ ਵਿੱਚੋਂ ਤੂੰ ਬੋਲ ਕੌੜਾ ਸਰੀਰ ਹੋ ਗਿਆ ਕੌੜਾ ਨਾਲ ਸ਼ਬਦ ਦਾ ਬਹੁਤ ਪ੍ਰਭਾਵ ਹੈ ਮੈਂ ਛੋਟੀ ਜੀ ਬੇਨਤੀ ਕਰਦਿਆਂ ਸੰਸਾਰ ਚੱਲਦਾ ਹੀ ਸ਼ਬਦ ਦੇ ਉੱਤੇ ਪਿਆ ਜੇ ਸੰਸਾਰ ਦਾ ਹਰ ਇੱਕ ਕਾਰਜ ਹਰ ਇੱਕ ਕੰਮ ਭਾਵੇਂ ਉਹ ਸੰਸਾਰਕ ਹੈ ਭਾਵੇਂ ਉਹ ਅਧਿਆਤਮਕ ਹੈ ਸ਼ਬਦ ਦੇ ਸਹਾਰੇ ਤੇ ਚੱਲਦਾ ਹੈ ਜੇ ਸ਼ਬਦ ਨਹੀਂ ਤੇ ਸੰਸਾਰ ਨਹੀਂ ਜੇ ਸ਼ਬਦ ਨਹੀਂ ਤੇ ਪਰਮਾਤਮਾ ਵੀ ਨਹੀਂ ਹੈ ਦੁਮਾ ਨਾਲ ਸੰਬੰਧ ਸੰਸਾਰ ਨਾਲ ਸੰਬੰਧ ਕਰਨਾ ਹੈ ਤੇ ਸ਼ਬਦਾਂ ਦੀ ਲੋੜ ਪੈਗੀ ਜੇ ਗੁਰੂ ਕੇ ਸਵਾਰਿਓ ਪ੍ਰਮਾਤਮਾ ਨਾਲ ਸੰਬੰਧ ਜੋੜਨਾ ਹੈ ਤੇ ਸ਼ਬਦ ਤੋਂ ਬਿਨਾ ਕਿਵੇਂ ਜੋੜਾਂਗੇ ਕਈ ਵਾਰੀ ਤੁਸੀਂ ਵੇਖੋਗੇ ਦੋ ਭਰਾ ਇਕੱਠੇ ਰਹਿੰਦੇ ਨੇ ਇੱਕੋ ਮਾਂ-ਬਾਪ ਵੱਲ ਜਨਮੇ ਨੇ ਘਰ ਇਕੋ ਸਾਰਾ ਕੁਝ ਇਕੋ ਤੇ ਇਕੱਠੇ ਰਹਿਣ ਦੇ ਬਾਵਜੂਦ ਜਦੋਂ ਉਹਨਾਂ ਨੂੰ ਪੁੱਛੀਏ ਕੀ ਹਾਲ ਹੈ ਕਿਵੇਂ ਚੱਲਦਾ ਹੈ ਕਹਿੰਦੇ ਹੋਰ ਤੇ ਸਭ ਕੁਝ ਠੀਕ ਹੈ ਆਪਸ ਵਿੱਚ ਕਿਵੇਂ ਚੱਲਦਾ ਹੈ ਕਹਿੰਦੇ ਆਪਸ ਵਿੱਚ ਕੋਈ ਬੋਲ ਚੱਲ ਨਹੀਂ ਬੋਲ ਚੱਲਦਾ ਮਤਲਬ ਆਪਸ ਵਿੱਚ ਸ਼ਬਦ ਕੋਈ ਨਹੀਂ ਵਰਤ ਜਦੋਂ ਬੋਲੇ ਨਾ ਸਬੰਧ ਟੁੱਟ ਗਏ ਇਹ ਗੱਲ ਯਕੀਨਨ ਹੈ ਜੇ ਦੋ ਭਰਾਵਾਂ ਦੇ ਸਬੰਧ ਅੱਖਰਾਂ ਤੇ ਖੜੇ ਨੇ ਸ਼ਬਦਾਂ ਤੇ ਖੜੇ ਨੇ ਜੇ ਉਹਨਾਂ ਵਿੱਚੋਂ ਸ਼ਬਦ ਕੱਢ ਦਿਓ ਤੇ ਇੱਕ ਮਾਂ ਦੇ ਘਰ ਜਨਮੇ ਦੋ ਭਰਾ ਕੋਲ ਰਹਿੰਦਿਆਂ ਵੀ ਟੁੱਟ ਗਏ ਪਤੀ ਪਤਨੀ ਕੋਲ ਰਹਿੰਦਿਆਂ ਵੀ ਟੁੱਟ ਗਏ ਸਾਦ ਸੰਗਤ ਦੇ ਬੰਦੇ ਕੋਲ ਸ਼ਬਦ ਨਹੀਂ ਰੱਬ ਦੇ ਗੁਰਬਾਣੀ ਦੇ ਸ਼ਬਦ ਨਹੀਂ ਉਹ ਰੱਬ ਦੇ ਕੋਲ ਰਹਿਦਾ ਹੋਇਆ ਵੀ ਟੁੱਟਾ ਹੋਇਆ ਹੈ ਪਰਮਾਤਮਾ ਤੇ ਦੂਰ ਹੈ ਨਹੀਂ ਗੁਰੂ ਅਰਜਨ ਦੇਵ ਜੀ ਨੇ ਉਦਾਹਰਨਾਂ ਵੀ ਦਿੱਤੀਆਂ ਨੇ ਦੂਰ ਕੋਈ ਨਹੀਂ ਹੈ ਬੰਦੇ ਦੇ ਹੱਥ ਤੋਂ ਨੇੜੇ ਸਹਿਬ ਨੇ ਬਚਨ ਕੀਤੇ ਸਗਲ ਬਨਸਪਤ ਮਾਹੇ ਬਸੰਤਰ ਸਗਲ ਦੂਦ ਮੈਂ ਕੀਆ ਉੱਚ ਨੀਚ ਮੈਂ ਜੋਤ ਸਮਾਣੀ ਘਟ ਘਟ ਮਾਦੋ ਜੀ ਆ ਹੈ ਨੇੜੇ ਜੇ ਤੇਰੇ ਕੋਲ ਸ਼ਬਦ ਨਹੀਂ ਆਏ ਤੇ ਸੰਬੰਧ ਨਹੀਂ ਬਣੇਗਾ ਕੋਲ ਰਹੇਗਾ ساری ਉਮਰ ਵਿੱਚ ਰਹੇਗਾ ਕੋਲ ਕਹਿਣਾ ਵੀ ਇੱਕ ਭਾਸ਼ਾ ਹੈ ਕੋਲ ਕਹਿਣਾ ਪੈਂਦਾ ਕੋਲ ਵੀ ਨਹੀਂ ਤੂੰ ਉਹਦੇ ਵਿੱਚ ਹੈ ਤੇ ਉਹ ਤੇਰੇ ਵਿੱਚ ਸ਼ਬਦ ਤੋਂ ਬਿਨਾ ਸਾਜ ਨਹੀਂ ਬਣਦੀ ਸ਼ਬਦ ਤੋਂ ਬਿਨਾ ਪਿਆਰ ਨਹੀਂ ਬਣਦਾ ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਗੱਲ ਕਹੀ ਸੀ ਤਨ ਤੇ ਮਨ ਦੋਵੇਂ ਕਹਿੰਦੇ ਤੇਰੇ ਫਿੱਕੇ ਪੈ ਜਾਂਦੇ ਕਿਉਂ ਫਿੱਕੇ ਪੈਂਦੇ ਸ਼ਬਦ ਫਿੱਕੇ ਹੋ ਗਏ ਫਿੱਕਾ ਬੋਲਿਆ ਨਹੀਂ ਸਾਰਾ ਜੀਵਨ ਫਿੱਕਾ ਹੋ ਗਿਆ ਸਭ ਕੁਝ ਫਿੱਕਾ ਹੋ ਗਿਆ ਤੇ ਸਤਗੁਰਾਂ ਨੇ ਤੇ ਰੱਬ ਦਾ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਤੇ ਸੁਭਾਅ ਇਸ ਤਰ੍ਹਾਂ ਦਾ ਦੱਸਿਆ ਸਹਿਬ ਕਹਿੰਦੇ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੇਰਾ ਹੌ ਸੰਭਲ ਥਕੀ ਜੀ ਉਹ ਕਦੇ ਨਾ ਬੋਲੇ ਕੌੜਾ ਕੌੜਾ ਨਹੀਂ ਬੋਲਦਾ ਮਿੱਠ ਬੋਲੜਾ ਬੜਾ ਮਿੱਠਾ ਬਹੁਤ ਮਿਠਾਸ ਹੈ ਉਹਦੇ ਵਿੱਚ ਤੇ ਉਹਨਾਂ ਦੀ ਬਾਣੀ ਬੜੀ ਮਿੱਠੀ ਏ ਸਾਦ ਸੰਗਤ ਜੇ ਕਿਤੇ ਸਾਨੂੰ ਬਾਣੀ ਵਿੱਚ ਕੁਝ ਫਿੱਕਾਪਨ ਲੱਗਦਾ ਹੈ ਤੇ ਹੋ ਸਕਦਾ ਹੈ ਅਸੀਂ ਬਿਮਾਰ ਹੋਈਏ ਹੋ ਸਕਦਾ ਹੈ ਸਾਡੇ ਮਨ ਦੇ ਸਰੀਰ ਦੇ ਰਸ ਖਰਾਬ ਹੋ ਗਏ ਹੋਣ ਪਰਮਾਤਮਾ ਦਾ ਸੁਭਾਅ ਮਿੱਠ ਬੋਲੜਾ ਬਿਲਕੁਲ ਮਿੱਠਾ ਕੌੜਾ ਕਦੀ ਬੋਲਦਾ ਹੀ ਨਹੀਂ ਹਮ ਇੱਕ ਬੇਨਤੀ ਇੱਥੇ ਕਰਦੇ ਆ ਗੁਰੂ ਕਦੀ ਕਦੀ ਕੌੜਾ ਜ਼ਰੂਰ ਬੋਲਦੇ ਨੇ ਬਾਹਰੀ ਤੌਰ ਜਿਹਨੂੰ ਆਪਾਂ ਕਹਿੰਦੇ ਆ ਐਕਟਿੰਗ ਕਰਨੀ ਅਭੀ ਨਹਿ ਕਰਨਾ ਨਾਟਕ ਵਿਖਾਉਣਾ ਗੁਰੂ ਕਈ ਵਾਰੀ ਨਾਟਕ ਖੇਡਦੇ ਨੇ ਸਿੱਖ ਨੂੰ ਕੌੜਾ ਬੋਲਦੇ ਨੇ ਕਾਦੇ ਵਾਸਤੇ ਉਹਦੇ ਭਲੇ ਵਾਸਤੇ ਸੱਚ ਤਾਂ ਇਹ ਹੈ ਜੇ ਕਿਤੇ ਸਾਧ ਸੰਗਤ ਗੁਰੂ ਕੌੜਾ ਨਾ ਬੋਲੇ ਸਿੱਖ ਦੇ ਅਵਗੁਣ ਕਦੀ ਖਤਮ ਹੀ ਨਾ ਹੋਣ ਕਿਤੇ ਨਾ ਕਿਤੇ ਉਹ ਆਰਜੀ ਤੌਰ ਤੇ ਬੋਲਦਾ ਨਹੀਂ ਤੇ ਗੁਰੂ ਉਹਨੂੰ ਨਹੀਂ ਕਹਿੰਦੇ ਜਿਹੜਾ ਨਾਰਾਜ਼ ਹੋ ਜਾਏ ਉਹ ਗੁਰੂ ਹੈ ਹੀ ਨਹੀਂ ਹੈ ਗੁਰੂ ਕਦੇ ਨਾਰਾਜ ਨਹੀਂ ਹੁੰਦਾ ਭਾਵੇਂ ਕੋਈ ਸਿੱਖ ਬੇਮੁਖ ਹੋ ਕੇ ਚਲਾ ਵੀ ਜਾਏ ਦੂਰ ਵੀ ਹੋ ਜਾਏ ਗੁਰੂ ਦਾ ਇੱਕ ਸੁਭਾਅ ਹੈ ਹਿਸਾਬ ਨਹੀਂ ਕਰਦਾ ਸਿੱਖ ਨਾਲ ਇਹ ਨਹੀਂ ਵੇਂਦਾ ਤੂੰ ਕਿੰਨੇ ਕੋ ਪਾਪ ਕੀਤੇ ਨੇ ਕਿੰਨੀ ਵਾਰੀ ਭੁੱਲਾਂ ਉਹ ਕੋਈ ਜੱਜ ਥੋੜੀ ਹੈ ਗੁਰੂ ਕੋਈ ਅਧਿਆਪਕ ਥੋੜੀ ਹੈ ਕੋਈ ਟੀਚਰ ਥੋੜੀ ਹੋ ਤੇ ਅਵਸਥਾ ਹੀ ਹੋਰ ਹੈ ਬੜੀ ਵੱਖਰੀ ਚੀਜ਼ ਹੈ ਉਹਦੇ ਤੋਂ ਵੱਖਰਾ ਮੈਂ ਇੱਕ ਛੋਟੀ ਜੀ ਘਟਨਾ ਤੁਹਾਡੇ ਨਾਲ ਸਾਂਝੀ ਕਰਦੇ ਆ ਗੁਰੂ ਕਦੀ ਨਾਰਾਜ ਨੇ ਹੁੰਦਾ ਕਈ ਵਾਰੀ ਸਾਨੂੰ ਲੱਗਦਾ ਉਹ ਇੱਕ ਆਰਜੀ ਤੌਰ ਤੇ ਲੱਗਦਾ ਮੈਂ ਇੱਕ ਸ਼ਖਸੀਅਤ ਦਾ ਜੀਵਨ ਪੜਿਆ ਹੈ ਸਤਗੁਰੂ ਕਲਗੀਆਂ ਵਾਲੇ ਬਾਦਸ਼ਾਹ ਦੇ 1708 ਵਿੱਚ ਜਦੋਂ ਉਹਨਾਂ ਨੇ ਸਰੀਰ त्यागਿਆ ਇਹ ਘਟਨਾ ਉਹਦੇ ਤੋਂ ਬਾਅਦ ਦੀ ਏ ਇੱਕ ਸਿੱਖ ਵਿਰਾਗ ਵਿੱਚ ਆ ਕੇ ਹਜ਼ੂਰ ਸਾਹਿਬ ਚਲਾ ਜਾਂਦਾ ਤੁਸੀਂ ਨਾਮ ਬੜਾ ਸੁਣਿਆ ਹੋਵੇਗਾ ਬਾਬਾ ਨਿਧਾਨ ਸਿੰਘ ਜੀ ਕਲਗੀਆਂ ਵਾਲੇ ਦੇ ਪਿਆਰ ਵਿੱਚ ਹਜ਼ੂਰ ਸਾਹਿਬ ਚਲੇ ਜਾਂਦੇ ਨੇ ਉੱਥੇ ਕੰਮ ਸਾਰਾ ਦਿਨ ਕੀ ਸੇਵਾ ਕਰਨੀ ਪਾਣੀ ਢੋਣਾ ਲੱਕੜਾਂ ਢੋਣੀਆਂ ਲੰਗਰ ਵਰਤਾਉਣਾ ਸਾਰਾ ਦਿਨ ਕਰਦੇ ਰਹੇ ਤਾਂਗ ਸੀ ਅੰਦਰ ਜਿਹਦੀ ਗੱਲ ਕਰਨੇ ਉਹਨੂੰ ਵੇਖ ਲਈਏ ਕਿਤੇ ਉਹਦੇ ਨਾਲ ਜੁੜ ਜਾਈਏ ਇੱਕ ਦਿਨ ਗੁਰੂ ਨੇ ਇੱਕ ਕਲਾ ਵਰਤਾਈ ਪਤਾ ਨਹੀਂ ਲੱਗਦਾ ਕਲਾ ਕੀ ਸੀ ਲੰਗਰ ਦਾ ਟਾਈਮ ਖਤਮ ਹੋ ਗਿਆ ਲੰਗਰ ਨੂੰ ਤਾਲਾ ਲੱਗ ਗਿਆ ਪੁਜਾਰੀਆਂ ਨੇ ਬੰਦ ਕਰ ਦਿੱਤਾ ਲੰਗਰ ਤੇ ਬੰਦ ਕਰਕੇ ਚਲੇ ਗਿਆ ਹਜੂਰ ਸਾਹਿਬ ਬਾਬਾ ਨਿਹਾਲ ਸਿੰਘ ਖੜੇ ਨੇ ਪਿੱਛੋਂ ਇੱਕ ਘੋੜੇ ਤੇ ਚੜ ਕੇ ਬੜਾ ਤੇਜ ਸਵੀ ਜਿਹਦੇ ਚਿਹਰੇ ਤੇ ਬੜਾ ਨੂਰ ਹੈ ਕਪੜੇ ਰਾਜਿਆਂ ਵਾਲੇ ਨੇ ਬੜੇ ਸੋਹਣੇ ਪਾਏ ਪਿੱਛੇ ਆ ਕੇ ਖੜਾ ਘੋੜਾ ਲੈ ਕੇ ਤੇ ਬਾਬਾ ਨਿਧਾਨ ਸਿੰਘ ਨੇ ਮੂੰਹ ਪਿਸ਼ਾ ਕੀਤਾ ਉਸ ਘੋੜਸਵਾਰ ਨੇ ਕਿਹਾ ਗੁਰਸਿੱਖਾ ਤੂੰ ਇੱਥੇ ਬੜੇ ਚਿਰ ਦਾ ਸੇਵਾ ਕਰਨਾ ਹੈ ਤੇ ਅੱਜ ਮੈਨੂੰ ਭੁੱਖ ਬੜੀ ਲੱਗੀ ਹੈ ਭਾਵੇਂ ਕਿ ਲੰਗਰ ਦਾ ਟਾਈਮ ਚਲਾ ਗਿਆ ਮੈਨੂੰ ਪ੍ਰਸ਼ਾਦਾ ਛਕਾ ਦੇ ਹੁਣ ਬਾਬਾ ਨਿਧਾਨ ਸਿੰਘ ਇੱਕ ਪਾਸੇ ਤਾਲਾ ਮਾਰੇ ਵਜਾ ਹੋਇਆ ਵੇਖਦੇ ਨੇ ਦੂਜੇ ਪਾਸੇ ਜਿਹੜਾ ਲੰਗਰ ਮੰਗਦਾ ਉਹਨੂੰ ਨਾਂ ਨਹੀਂ ਕੀਤੀ ਜਾਂਦੀ ਮਰਿਆਦਾ ਇਹ ਕਹਿੰਦੀ ਹੈ ਵੀ ਲੰਗਰ ਬੰਦ ਹੋ ਗਿਆ ਹੈ ਤਾਲਾ ਤੋੜਨਾ ਪਾਪ ਹੈ ਪਰ ਇੰਨੇ ਵੇਗ ਵਿੱਚ ਆ ਗਏ ਬਾਬਾ ਨਿਹੰਗ ਸਿੰਘ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਬਾਅਦ ਵਿੱਚ ਨਵਾਂ ਤਾਲਾ ਨਵਾਂ ਜੰਦਰਾ ਲਿਆ ਕੇ ਮਾਰ ਦਿਆਂਗੇ ਇਹ ਪ੍ਰਸ਼ਾਦਾ ਛਕਣ ਵਾਸਤੇ ਆਏ ਨੇ ਖਾਲੀ ਚਲੇ ਗਏ ਫਾਇਦਾ ਕੀ ਲੈ ਕੇ ਪੱਥਰ ਤੇ ਤਾਲਾ ਤੋੜਨਾ ਸ਼ੁਰੂ ਕਰ ਦਿੱਤਾ ਜਦੋਂ ਆਵਾਜ਼ ਆਈ ਚੋਟਾਂ ਲੱਗੀਆਂ ਪੁਜਾਰੀ ਆ ਗਏ ਪ੍ਰਬੰਧਕ ਆ ਗਏ ਉਹਨਾਂ ਵੇਖਿਆ ਤੇ ਉਹੀ ਬਾਬਾ ਹੈ ਜਿਹੜਾ ਰੋਜ਼ ਰਹਿੰਦਾ ਪਹਿਲਾਂ ਵੀ ਖੁਣਸਦੇ ਸਨ ਕਿਉਂਕਿ ਸਾਧ ਸੰਗਤ ਇਹ ਮੈਂ ਬੇਨਤੀ ਕਰਾਂ ਕੋਈ ਵਿਰਲਾ ਹੋਵੇ ਜਿਹੜਾ ਪੁਜਾਰੀ ਵੀ ਹੋਵੇ ਤੇ ਭਗਤ ਵੀ ਹੋਵੇ ਨਹੀਂ ਤੇ ਪੁਜਾਰੀ ਭਗਤ ਨਹੀਂ ਹੋ ਸਕਦਾ ਕਦੇ ਬੜੀ ਮੁਸ਼ਕਲ ਹੈ ਪੁਜਾਰੀ ਵੀ ਹੋਵੇ ਉਸ ਬੰਦੇ ਦੇ ਭਾਗ ਬਹੁਤ ਵੱਡੇ ਜੋ ਪੁਜਾਰੀ ਵੀ ਹੋਵੇ ਤੇ ਭਗਤ ਵੀ ਹੋਵੇ ਨਹੀਂ ਤੇ ਭਗਤ ਨਹੀਂ ਹੋ ਸਕਦਾ ਪਹਿਚਾਨ ਨਹੀਂ ਸਕਦਾ ਲਕੀਰ ਦੇ ਫਕੀਰ ਹੁੰਦੇ ਨੇ ਉਹ ਉਹਨਾਂ ਨੇ ਬਾਬਾ ਨਿਧਾਨ ਸਿੰਘ ਨੂੰ ਫੜਿਆ ਤੇ ਇਲਜ਼ਾਮ ਲਾਇਆ ਚੋਰੀ ਕਰਦੇ ਨੇ ਤਾਲਾ ਤੋੜ ਰਹੇ ਸਨ ਬਹੁਤ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਬੜੀ ਕੁੱਟ ਪਈ ਮਾਰ ਪਈ ਕਿਸੇ ਤਰ੍ਹਾਂ ਵਿਚਾਰੇ ਸੋਚਿਆ ਹੁਣ ਲੈਣਾ ਕੀ ਏ ਮਿਲ ਨਾ ਐਸਾ ਗੁਰੂ ਨੂੰ ਤੇ ਇਥੋਂ ਪੈ ਗਈ ਮਾਰ ਮਿਲਿਆ ਕੀ ਇਥੋਂ ਇਥੋਂ ਮਾਰ ਪੈ ਗਈ ਨਿਰਾਸ਼ਾ ਆਈ ਇੱਕ ਧਿਆਨ ਦੇਣਾ ਮੈਂ ਗੱਲ ਕਰ ਰਿਹਾ ਸੀ ਇਹ ਗੁਰੂ ਦੀ ਕਲਾ ਹੀ ਸੀ ਮਾਰ ਪਾਉਣੀ ਇੱਕ ਖੇਡ ਹੁੰਦੀ ਹੈ ਗੁਰੂ ਦੀ ਵੇਖਣ ਵਿੱਚ ਲੱਗਦਾ ਹੈ ਬਾਬਾ ਨਿਧਾਨ ਸਿੰਘ ਰੇਲਵੇ ਸਟੇਸ਼ਨ ਕੋਲ ਜਾ ਕੇ ਬੈਠ ਗਏ ਤੇ ਉਸ ਘੜੀ ਦੇ ਵਿੱਚ ਇੱਕ ਗਹਿਰੀ ਨਿਰਾਸ਼ਤਾ ਨੇ ਘੇਰ ਲਿਆ ਬਾਬੇ ਨਿਧਾਨ ਸਿੰਘ ਨੂੰ ਬੈਠੇ ਨੇ ਅੰਦਰ ਵਿਚਾਰ ਆ ਰਹੇ ਨੇ ਨਿਧਾਨ ਸਿੰਘਾ ਪਤਾ ਨਹੀਂ ਗੁਰੂ ਇੱਥੇ ਹੈ ਵੀ ਏ ਕਿ ਨਹੀਂ ਜੇ ਹੁੰਦਾ ਤੇ ਮਾਰ ਕਿੱਥੇ ਪੈਣੀ ਸੀ ਮੈਨੂੰ ਇਹ ਹਾਲ ਹੋਣਾ ਸੀ ਮੈਂ ਇੱਥੇ ਬੇਨਤੀ ਕਰਾਂ ਕਈ ਵਾਰੀ ਸਾਨੂੰ ਦੁੱਖ ਆਉਂਦੇ ਨੇ ਤੇ ਦੁੱਖ ਵਿੱਚ ਅਸੀਂ ਨਿਰਾਸ਼ ਹੋ ਜਾਂਦੇ ਹਾਂ ਸਾਧ ਸੰਗਤ ਉਹ ਗੁਰੂ ਦੀ ਖੇਡ ਹੁੰਦੀ ਹੈ ਸਾਨੂੰ ਪਤਾ ਨਹੀਂ ਲੱਗਦਾ ਉਸ ਨਿਰਾਸ਼ਤਾ ਵਿੱਚ ਜਿਹੜਾ ਦੁੱਖ ਆਉਂਦਾ ਹੈ ਕਿਉਂਕਿ ਸਾਡੇ ਵਿੱਚ ਹੰਕਾਰ ਕਈ ਜਨਮਾਂ ਦਾ ਬੈਠਾ ਹੈ ਜਿੰਨਾ ਚਿਰ ਨਿਰਾਸ਼ਤਾ ਨਾ ਆਵੇ ਸਾਡਾ ਹੰਕਾਰ ਨਹੀਂ ਟੁੱਟਦਾ ਉਹਨਾਂ ਚਿਰ ਸਾਡਾ ਹੰਕਾਰ ਨਹੀਂ ਟੁੱਟੇਗਾ ਇਸ ਨਿਰਾਸ਼ਤਾ ਦੀ ਦਸ਼ਾ ਵਿੱਚ ਹੀ ਪ੍ਰਾਪਤੀ ਹੁੰਦੀ ਹੈ ਖਿਆਲ ਰੱਖਣਾ ਰੱਬ ਨਿਮਾਣਿਆਂ ਦਾ ਮਾਣ ਹੈ ਤੇ ਜਦੋਂ ਕੋਈ ਨਿਰਾਸ਼ਾ ਵਿੱਚ ਜਾਂਦਾ ਉਹਦੀ ਆਸ ਵੱਜਦੀ ਹੈ ਇਸੇ ਨਿਰਾਸ਼ਤਾ ਵਿੱਚ ਉਹਦੀ ਕਿਰਪਾ ਆਉਂਦੀ ਹੈ ਕਿਰਪਾ ਨੂੰ ਦੇਰ ਨਹੀਂ ਬੰਦਾ ਆਪਣੀ ਅੰਦਰਲੀ ਮੈਨ ਨਹੀਂ ਛੱਡਦਾ ਆਪਣਾ ਜ਼ੋਰ ਨਹੀਂ ਛੱਡਦਾ ਜਦ ਅੰਦਰ ਨਿਰਾਸ਼ਤਾ ਆਈ ਨਾ ਤੇ ਬਾਬਾ ਨਿਹਾਲ ਸਿੰਘ ਦੇ ਅੰਦਰੋਂ ਚੁੱਪ ਕੀਤੇ ਸ਼ਬਦ ਨਿਕਲੇ ਸ਼ਬਦ ਸਨ ਪਤਾ ਨਹੀਂ ਕਲਗੀਆਂ ਵਾਲਾ ਕਿੱਥੇ ਰਹਿੰਦਾ ਐ ਏਡੀ ਦੂਰੋਂ ਆਏ ਸਾਂ ਇਹਨਾਂ ਚਿਰ ਸੇਵਾ ਕੀਤੀ ਇੱਕ ਬੰਦੇ ਨੂੰ ਰੋਟੀ ਖਵਾਉਣ ਵਾਸਤੇ ਤਾਲਾ ਤੋੜਨ ਲੱਗੇ ਸੀ ਗੁਰੂ ਨੇ ਕਿ ਮਿਲਣਾ ਸੀ ਇੱਥੋਂ ਤੇ ਮਾਰ ਹੀ ਪਈ ਚੱਲੀਏ ਵਾਪਸ ਪੰਜਾਬ ਵੱਲ ਜਿਉਂ ਇਹ ਰਾਸਤਾ ਆਈ ਮੈਂ ਟੁੱਟ ਗਈ ਤੇ ਮੈਂ ਟੁੱਟੀ ਤੇ ਤੂੰ ਪ੍ਰਗਟ ਹੋ ਗਿਆ ਇਹ ਇੱਕ ਕਲੈ ਦੁੱਖ ਇੱਕ ਦਵਾਈ ਹੈ ਤੇ ਜਦੋਂ ਦੁੱਖ ਦੀ ਹੱਦ ਹੋ ਜਾਂਦੀ ਹੈ ਉਹਦੇ ਤੋਂ ਅੱਗੇ ਪ੍ਰਮਾਤਮਾ ਹੈ ਖਿਆਲ ਰੱਖਣਾ ਜਦੋਂ ਦੁੱਖ ਦੀ ਹੱਦ ਹੋ ਜਾਏ ਉਹਦੇ ਤੋਂ ਅੱਗੇ ਪ੍ਰਮਾਤਮਾ ਹੈ ਉਸ ਘੜੀ ਵਿੱਚ ਸਤਿਗੁਰੂ ਕਲਗੀਆਂ ਵਾਲੇ ਪਾਦਸ਼ਾਹ ਪ੍ਰਗਟ ਹੋਏ ਜਿਹੜੇ ਪਹਿਲੇ ਹੀ ਪ੍ਰਗਟ ਨੇ ਇਉਂ ਕਹਿ ਲੋ ਬਾਬੇ ਨਿਧਾਨ ਸਿੰਘ ਨੂੰ ਆਪਣੀਆਂ ਅੱਖਾਂ ਦਿੱਤੀਆਂ ਵੀ ਲੈ ਨਿਧਾਨ ਸਿੰਘਾ ਮੈਨੂੰ ਵੇਖ ਲੈ ਵੇਖਿਆ ਇਹ ਤੇ ਉਹੀ ਲੱਗਦਾ ਜਿਹੜਾ ਘੋੜੇ ਤੇ ਚੜ ਕੇ ਪ੍ਰਸ਼ਾਦਾ ਮੰਗਦਾ ਸੀ ਉਹਦੇ ਵਰਗਾ ਤੇਜ ਰੂਪ ਤੇ ਜਦੋਂ ਇਹ ਬਚਨ ਕਹੇ ਤੇ ਸਤਿਗੁਰਾਂ ਨੇ ਕਿਹਾ ਸੀ ਨਿਧਾਨ ਸਿੰਘਾ ਵਾਪਸ ਕਿੱਥੇ ਚੱਲੇ ਕਹਿਣ ਲੱਗੇ ਹੋਰ ਕਰਾਂ ਕੀ ਇੱਥੇ ਕੋਈ ਥਾਂ ਨਹੀਂ ਤੇ ਸਤਿਗੁਰਾਂ ਨੇ ਉਸੇ ਵੇਲੇ ਬਚਨ ਕੀਤਾ ਆਪਣੀ ਜੇਬ ਅੱਗੇ ਕਰ ਦਿੱਤੀ ਇੱਕ ਬਚਨ ਕਿਹਾ ਸੀ ਕਹਿਣ ਲੱਗੇ ਨਿਧਾਨ ਸਿੰਘਾ ਅੱਜ ਤੋਂ ਲੈ ਕੇ ਜੇਬ ਮੇਰੀ ਹੋਵੇਗੀ ਖੀਸਾ ਮੇਰਾ ਹੋਵੇਗਾ ਤੇ ਹੱਥ ਤੇਰਾ ਹੋਵੇਗਾ ਜਿੰਨੀ ਲੋੜੇ ਕੱਢ ਕੇ ਵਰਤ ਲੈ ਕਦੀ ਕਮੀ ਨਹੀਂ ਆਵੇਗੀ ਗੱਲ ਕਰ ਰਿਹਾ ਸੀ ਜਿੰਨਾ ਚਿਰ ਬੰਦਾ ਗੁਰੂ ਦੀ ਖੇਡ ਹੁੰਦੀ ਹੈ ਨਿਰਾਸ਼ਤਾ ਲਿਆਉਣੀ ਸਿੱਖ ਨੂੰ ਨਿਰਾਸ਼ ਹੋਵੇਗਾ ਤੇ ਹੰਕਾਰ ਟੁੱਟੇਗਾ ਹੰਕਾਰ ਟੁੱਟੇਗਾ ਤੇ ਕੋਈ ਗੱਲ ਅੰਦਰੋਂ ਚਲਣੀ ਹੈ ਉਹਦੇ ਤੋਂ ਪਹਿਲਾਂ ਤੇ ਸਾਦ ਸੰਗਤ ਚਾਰ ਵਿਚਾਰ ਅਸੀਂ ਇਧਰੋਂ ਇਕੱਠੇ ਕਰਨਿਆਂ ਦਿਹਾੜੀ ਕੋਹਾਂ ਵਿੱਚ ਕੱਢ ਜਾਇਦਾ ਫਿਰ ਉਹਨਾਂ ਨੂੰ ਛੱਡੀ ਦੇ ਨੇ ਫਿਰ ਹੋਰ ਫੜ ਲੇਦਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਜੀਵਨ ਸਾਂਝਾ ਕਰ ਰਿਆ ਸੀ ਸਤਗੁਰਾਂ ਨੇ ਉਪਦੇਸ਼ ਦਿੱਤਾ ਤਨ ਤੇ ਮਨ ਕਿਵੇਂ ਹਰਿਆ ਹੋਵੇ ਕਿਸੇ ਨੇ ਪੁੱਛਿਆ ਤੇ ਜਵਾਬ ਵਿੱਚ ਦੱਸ ਦਿੰਦੇ ਨੇ ਕਹਿੰਦੇ ਤੇਰਾ ਕੀਤਾ ਜਾ ਤੂੰ ਨਹੀਂ ਮੈਨੂੰ ਜੋ ਕਿ ਤੋਈ ਮੈਂ ਨਿਰਗੁਣ ਆਰੇ ਕੋ गुण ਨਹੀਂ ਆਪੇ ਤਰਸ ਪਯੋਈ ਇਹ ਜਿੱਦੀ ਜ਼ਿੰਦਗੀ ਵਿੱਚ ਪਹਿਲਾਂ ਇਹ ਚੀਜ਼ਾਂ ਆ ਜਾਣ ਨਿਰਹੰਕਾਰ ਹੋਵੇ ਤੇ ਰੱਬ ਨੂੰ ਕਵੇ ਜੋ ਕੁਝ ਤੂੰ ਮੈਨੂੰ ਦਿੱਤਾ ਹੈ ਮੈਂ ਉਹਦੇ ਬਾਰੇ ਜਾਣਦੇ ਨਹੀਂ ਇਹ ਸੱਚ ਹੈ ਜੋ ਕੁਝ ਉਹਨੇ ਸਾਨੂੰ ਦੇ ਦਿੱਤਾ ਹੈ ਉਹਦੇ ਬਾਰੇ ਅਸੀਂ ਕੋਈ ਨਹੀਂ ਜਾਣਦੇ ਜੇ ਅਸੀਂ ਉਹਨੂੰ ਜਾਣ ਲਈਏ ਅਰਦਾਸ ਉਹ ਹੀ ਬਣ ਜਾਏਗੀ ਅਸੀਂ ਸਿਰਫ ਉਹਨਾਂ ਚੀਜ਼ਾਂ ਨੂੰ ਜਾਣਨੇ ਆ ਜੋ ਸਾਨੂੰ ਉਹਨੇ ਨਹੀਂ ਦਿੱਤਾ ਅਸੀਂ ਉਹਨਾਂ ਬਾਰੇ ਨਹੀਂ ਜਾਣਦੇ ਜੋ ਉਹਨੇ ਸਾਨੂੰ ਦਿੱਤਾ ਔਰ ਜੇ ਕਈ ਇਹ ਦੁੱਖ ਕਿਉਂ ਹੈ ਤੇ ਇਹ ਕਾਰਨ ਜੇ ਸਿਰਫ ਹੋਰ ਕੋਈ ਕਾਰਨ ਦੁੱਖ ਕਾਦਾ ਜੋ ਕੁਝ ਉਹਨੇ ਦਿੱਤਾ ਉਹ ਯਾਦ ਨਹੀਂ ਰਹਿੰਦਾ ਜੋ ਕੁਝ ਨਹੀਂ ਦਿੱਤਾ ਉਹਦੇ ਵਾਸਤੇ ਕਲਪਦੇ ਰਹਿੰਦੇ ਆ ਬਸ ਇਹ ਤੇ ਦੁੱਖ ਹੈ ਸਤਿਗੁਰੂ ਨੇ ਕਿਹਾ ਜੋ ਤੂੰ ਮੇਰੇ ਨਾਲ ਕੀਤਾ ਪਹਿਲਾਂ ਇਹ ਭਾਵਨਾ ਬਣਾਈਏ ਤਨ ਤੇ ਮਨ ਨੂੰ ਖਿੜੇ ਰੱਖਣ ਦੀ ਦਵਾਈ ਹੈ ਇਹਦੇ ਵਿੱਚ ਸ਼ਬਦਾਂ ਵਿੱਚ ਦਵਾਈ ਹੈ ਜੇ ਬਾਣੀ ਵਿੱਚ ਦੱਸਿਆ ਨਾ ਸਰਬ ਰੋਗ ਕਾ ਔਖਾ ਦਾ ਨਾਮ ਤੇ ਇਹ ਖਿਆਲ ਰੱਖਣਾ ਉਸ ਦਵਾਈ ਨੂੰ ਸਮਝਣਾ ਬਹੁਤ ਜ਼ਰੂਰੀ ਇਹਨੂੰ ਸਮਝੋ ਪਹਿਲਾਂ ਤਨ ਮਨ ਥਿਵੇ ਹਰਿਆ ਤੇ ਬਾਦ ਵਿੱਚ ਆਉਣਾ ਹੈ ਜਿਹੜਾ ਮਨੁੱਖ ਤੇਰਾ ਕੀਤਾ ਜੋ ਕੁਝ ਤੂੰ ਮੇਰੇ ਤੇ ਉਪਕਾਰ ਕੀਤਾ ਉਹਨੂੰ ਮੈਂ ਜਾਣੇ ਨਹੀਂ ਮੰਗਦਾ ਤੇਰੇ ਤੋਂ ਸੁਖ ਪਿਆ ਹਾਂ ਮੈਨੂੰ ਜੋਗ ਕਿ ਤੋਈ ਮੈਂ ਇੰਨੇ ਯੋਗ ਨਹੀਂ ਸਾਂ ਜਿੰਨਾ ਯੋਗ ਤੂੰ ਮੈਨੂੰ ਕਰ ਦਿੱਤਾ ਮੈਨੂੰ ਜੋਗ ਕਿ ਤੋਈ ਫਿਰ ਕਹਿੰਦੇ ਮੈਂ ਨਿਰਗੁਣ ਆਰੇ ਕੋਹ ਗੁਣ ਨਾਹੀ ਆਪੇ ਤਰਸ ਪਇਓਈ ਤੈਨੂੰ ਤਰਸ ਆਇਆ ਮੇਰੇ ਕੋਲ ਕੁਝ ਨਹੀਂ ਸੀ ਔਰ ਆਪ ਹੈਰਾਨ ਹੋਵੋਗੇ ਇਹ ਸ਼ਬਦ ਵਿਰਾਜਮਾਨ ਕੀਤਾ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਉਥੇ ਜਿੱਥੇ ਜਾ ਕੇ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਾਪਤੀ ਹੁੰਦੀ ਹੈ ਰਾਗ ਮਾਲਾ ਤੋਂ ਥੋੜੀ ਜੀ ਪਹਿਲਾਂ ਅਸੀਂ ਸਿਰਫ ਉਹਨਾਂ ਚੀਜ਼ਾਂ ਨੂੰ ਜਾਣਨੇ ਆ ਜੋ ਸਾਨੂੰ ਉਹਨੇ ਨਹੀਂ ਦਿੱਤਾ ਅਸੀਂ ਉਹਨਾਂ ਬਾਰੇ ਨਹੀਂ ਜਾਣਦੇ ਜੋ ਉਹਨੇ ਸਾਨੂੰ ਦਿੱਤਾ ਹੈ ਔਰ ਜੇ ਕਹੀਏ ਦੁੱਖ ਕਿਉਂ ਹੈ ਤੇ ਇਹ ਹੀ ਕਾਰਨ ਜੇ ਸਿਰਫ ਹੋਰ ਕੋਈ ਕਾਰਨ ਦੁੱਖ ਕਾਦਾ ਜੋ ਕੁਝ ਉਹਨੇ ਦਿੱਤਾ ਉਹ ਯਾਦ ਨਹੀਂ ਰਹਿੰਦਾ ਜੋ ਕੁਝ ਨਹੀਂ ਦਿੱਤਾ ਉਹਦੇ ਵਾਸਤੇ ਕਲਪਦੇ ਰਹਿੰਦੇ ਆ ਬਸ ਇਹ ਤੇ ਦੁੱਖ ਹੈ ਸਤਿਗੁਰੂ ਨੇ ਕਿਹਾ ਜੋ ਤੂੰ ਮੇਰੇ ਨਾਲ ਕੀਤਾ ਪਹਿਲਾ ਇਹ ਭਾਵਨਾ ਬਣਾਈਏ ਤਨ ਤੇ ਮਨ ਨੂੰ ਖਿੜੇ ਰੱਖਣ ਦੀ ਦਵਾਈ ਹੈ ਇਹ ਦੇ ਵਿੱਚ ਸ਼ਬਦਾਂ ਵਿੱਚ ਦਵਾਈ ਹੈ ਜੇ ਬਾਣੀ ਵਿੱਚ ਦੱਸਿਆ ਹੈ ਨਾ ਸਰਬ ਰੋਗ ਕਾ ਔਖਦ ਨਾਮ ਤੇ ਇਹ ਖਿਆਲ ਰੱਖਣਾ ਉਸ ਦਵਾਈ ਨੂੰ ਸਮਝਣਾ ਬਹੁਤ ਜ਼ਰੂਰੀ ਇਹਨੂੰ ਸਮਝੋ ਪਹਿਲਾਂ ਤਨ ਮਨ ਥਿਵੇ ਹਰਿਆ ਤੇ ਬਾਦ ਵਿੱਚ ਆਉਣਾ ਜਿਹੜਾ ਮਨੁੱਖ ਤੇਰਾ ਕੀਤਾ ਜੋ ਕੁਝ ਤੂੰ ਮੇਰੇ ਤੇ ਉਪਕਾਰ ਕੀਤਾ ਉਹਨੂੰ ਮੈਂ ਜਾਣੇ ਨਹੀਂ ਮੰਗਦਾ ਤੇਰੇ ਤੋਂ ਸੁਖ ਪਿਆ ਹਾਂ ਮੈਨੂੰ ਜੋਗ ਕਿ ਤੋਈ ਮੈਂ ਇਹਨੇ ਜੋਗ ਨਹੀਂ ਸਾਂ ਜਿੰਨਾ ਜੋਗ ਤੂੰ ਮੈਨੂੰ ਕਰ ਦਿੱਤਾ ਮੈਨੂੰ ਜੋਗ ਕਿ ਤੋਈ ਫਿਰ ਕਹਿੰਦੇ ਮੈਂ ਨਿਰਗੁਣ ਆਰੇ ਕੋਹ ਗੁਣ ਨਾਹੀ ਆਪੇ ਤਰਸ ਪਇਓਈ ਤੈਨੂੰ ਤਰਸ ਆਇਆ ਮੇਰੇ ਕੋਲ ਕੁਝ ਨਹੀਂ ਸੀ ਔਰ ਆਪ ਹੈਰਾਨ ਹੋਵੋਗੇ ਇਹ ਸ਼ਬਦ ਬਿਰਾਜਮਾਨ ਕੀਤਾ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਉਥੇ ਜਿੱਥੇ ਜਾ ਕੇ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਾਪਤੀ ਹੁੰਦੀ ਹੈ ਰਾਗ ਮਾਲਾ ਤੋਂ ਥੋੜੀ ਜੀ ਪਹਿਲਾਂ ਇਹ ਸ਼ਬਦ ਸਤਿਗੁਰਾਂ ਨੇ ਪਾਇਆ ਬਿਲਕੁਲ ਅਖੀਰ ਤੇ ਕਈ ਵਾਰੀ ਹੈਰਾਨੀ ਹੁੰਦੀ ਹੈ ਬੰਦਾ ਇੱਕ ਕਵਿਤਾ ਲਿਖ ਦੇਵੇ ਤੇ ਪੜਤ ਕੇ ਸਾਰਾ ਦਿਨ ਉਹਨੂੰ ਭੁੱਲਦਾ ਨਹੀਂ ਸਾਰੀ ਜ਼ਿੰਦਗੀ ਲੋਕਾਂ ਨੂੰ ਦੱਸਦਾ ਫਿਰਦਾ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਿੰਨੇ ਮਹਾਨ ਕਿੰਨੇ ਨਿਰਮਾਨ ਹੋਣਗੇ ਐਡਾ ਵੱਡਾ ਕਾਰਜ ਕਰ ਦਿੱਤਾ ਸਾਰੇ ਭਗਤਾਂ ਦੀ ਬਾਣੀ ਗੁਰੂ ਸਹਿਬਾਨ ਦੀ ਭਟਾਂ ਦੀ ਬਾਣੀ ਗੁਰਸਿੱਖਾਂ ਦੀ ਬਾਣੀ ਫਿਰ ਆਪਣੀ ਬਾਣੀ ਵੀ ਉਚਾਰਨ ਕੀਤੀ ਸਾਰਾ ਕੁਝ ਇਕੱਠਾ ਕਰਕੇ ਇੱਕ ਥਾਂ ਤੇ ਸੰਗਠਿਤ ਕਰ ਦਿੱਤਾ ਤੇ ਸਾਰਾ ਕੁਝ ਕਰਕੇ ਬਾਅਦ ਵਿੱਚ ਫਿਰ ਕੀ ਕਿਹਾ ਫਿਰ ਕਹਿ ਦਿੱਤਾ ਤੇਰਾ ਕੀਤਾ ਜਾਤੂ ਨਹੀਂ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਤਰਸ ਪਈ ਤਰਸ ਪਿਆ ਮਹਿਰਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥਿਵੈ ਹਰਿਆ ਤਨ ਤੇ ਮਨ ਇਸ ਤਰ੍ਹਾਂ ਹਰਾ ਹੋ ਜਾਏਗਾ ਮੈਂ ਇਸ ਵਿਸ਼ੇ ਤੇ 2-4 ਮਿੰਟ ਹੋਰ ਬੇਨਤੀ ਕਰ ਰਿਹਾ ਸੀ ਤਨ ਤੇ ਮਨ ਬੰਦੇ ਦੀ ਪਹਿਲੀ ਜ਼ਰੂਰਤ ਇਹ ਹੋ ਹਰਾ ਰਵੇ ਤੇ ਗੁਰੂ ਅਰਜਨ ਦੇਵ ਜੀ ਨੇ ਸਾਫ਼ ਦੱਸ ਦਿੱਤਾ ਇਸ ਸ਼ਬਦ ਨੂੰ ਢਾਲ ਲਈਏ ਜ਼ਿੰਦਗੀ ਵਿੱਚ ਪੜਨਾ ਇੱਕ ਹਿੱਸਾ ਹੈ ਢਾਲਣਾ ਦੂਜਾ ਕੰਮ ਹੈ ਜੀਵਨ ਵਿੱਚ ਮਨ ਕਿਵੇਂ ਹਰਾ ਰਹੇ ਤੇ ਤਨ ਕਿਵੇਂ ਹਰਿਆ ਰਹੇ ਉਹਨਾਂ ਦੇ ਦੋ ਤਿੰਨ ਸ਼ਬਦ ਹੋਰ ਸਾਂਝੇ ਕਰਦਾ ਜਾਵਾਂ ਜਨਮ ਦੀ ਘਟਨਾ ਕਹਿਣ ਤੋਂ ਪਹਿਲਾਂ ਤੁਸੀਂ ਬਸੰਤ ਰਾਗ ਵਿੱਚ ਜਦੋਂ ਹਰਮੰਦਰ ਸਾਹਿਬ ਵਿੱਚ ਬਸੰਤ ਦੇ ਸ਼ਬਦ ਪੜੇ ਜਾਂਦੇ ਨੇ ਬਸੰਤ ਰਾਗ ਵਿੱਚ ਉੱਥੇ ਹਰ ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੀਆਂ 22-12 ਆਈਆਂ ਇਹਨਾਂ 22-12 ਦੇ ਵਿੱਚ ਜਿਹੜੀ ਸਭ ਤੋਂ ਛੋਟੀ ਵਾਰ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜਿੰਨੀਆਂ ਵਾਰਾਂ ਨੇ ਆਸਾ ਦੀ ਵਾਰ ਗੌੜੀ ਕੀ ਵਾਰ ਹੋਰ ਜਿੰਨੀਆਂ ਵਾਰਾਂ ਨੇ ਇਹਨਾਂ ਵਿੱਚੋਂ ਇੱਕ ਬਸੰਤ ਕੀ ਵਾਰ ਹੈ ਉਹ ਬਸੰਤ ਕੀ ਵਾਰ ਗੁਰੂ ਅਰਜਨ ਦੇਵ ਜੀ ਦੀ ਉਚਾਰੀ ਹੋਈ ਤੇ ਸਭ ਤੋਂ ਛੋਟੇ ਸਰੂਪ ਵਿੱਚ ਕਈ ਗੁਰਸਿੱਖਾਂ ਦੇ ਨਿਤਨੇਮ ਦਾ ਹਿੱਸਾ ਹੈ ਬਸੰਤ ਕੀ ਵਾਰ ਉਹਦੇ ਵਿੱਚ ਵੀ ਦੱਸਿਆ ਕਿ ਬੰਦੇ ਦਾ ਮਨ ਕਿਵੇਂ ਹਰਿਆ ਹੋਵੇ ਬੰਦੇ ਦਾ ਤਨ ਕਿਵੇਂ ਹਰਿਆ ਹੋਵੇ ਮੈਂ ਉਹ ਥੋੜੇ ਜਿਹੇ ਸ਼ਬਦ ਆਪ ਜੀ ਨਾਲ ਸਾਂਝੇ ਕਰ ਦਿਆਂ ਸਾਬ ਕਹਿੰਦੇ ਨੇ ਬਸੰਤ ਕੀ ਵਾਰ ਮਹੱਲ ਪੰਜਵਾਂ ਇੱਥੇ ਮਹੱਲਾ ਨਹੀਂ ਕਿਹਾ ਮਹੱਲ ਪੰਜਵਾਂ ਸਾਹਿਬ ਨੇ ਉੱਥੇ ਬਚਨ ਕੀਤੇ ਕਹਿੰਦੇ ਹਰ ਕਾ ਨਾਮ ਧਿਆਇ ਕੈ ਹੋ ਹਰਿਆ ਭਾਈ ਨਾਮ ਨੂੰ ਧਿਆ ਜੇ ਤੂੰ ਆਪਣੇ ਆਪ ਨੂੰ ਹਰਾ ਕਰਨਾ ਹੈ ਅੰਦਰੋਂ ਤੇ ਬਾਹਰੋਂ ਹਰ ਕਾ ਨਾਮ ਧਿਆਇ ਕੈ ਹੋ ਹਰਿਆ ਭਾਈ ਕਰਮ ਲਿਖੰਤਾ ਪਾਈਐ ਇਹ ਰੁੱਤ ਸਹਾਈ ਕਈ ਵਾਰੀ ਬੰਦਾ ਕਹਿੰਦਾ ਮੇਰੇ ਕਰਮ ਬੜੇ ਮਾੜੇ ਨੇ ਮੈਂ ਕੀ ਕਰਾਂ ਸਤਿਗੁਰੂ ਨੇ ਕਿਹਾ ਹੁਣ ਲਿਖ ਲੈ ਪਹਿਲਾਂ ਨਹੀਂ ਲਿਖੇ ਹੁਣ ਲਿਖ ਕੀ ਲਿਖੇ ਨਹੀਂ ਜਾ ਸਕਦੇ ਲਿਖ ਹੋਂ ਕਰਮ ਗੁਰੂ ਕੋਲ ਸਮਰਥ ਹੈ ਪੁਰਾਣੇ ਮੇਟ ਦਿੰਦਾ ਨਵੇਂ ਲਿਖ ਦਿੰਦਾ ਹੈ ਕਰਮ ਲਿਖੰਤੈ ਪਾਈਐ ਇਹ ਜਿਹੜਾ ਹੁਣ ਸਮਾਂ ਹੈ ਨਾ ਜੇ ਤੂੰ ਨਾਮ ਨਾਲ ਜੁੜੇਗਾ ਤੇ ਕਰਮ ਨਵੇਂ ਲਿਖੇ ਜਾਣਗੇ ਸ਼ੁਭ ਕਰਮ ਤੇਰੀ ਜ਼ਿੰਦਗੀ ਵਿੱਚ ਲਿਖੇ ਜਾਣ ਕਰਮ ਲਿਖੰਤੈ ਪਾਈਐ ਫਿਰ ਕਹਿੰਦੇ ਇਹ ਰੁੱਤ ਸੁਹਾਈ ਇਹ ਰੁੱਤ ਹੁਣ ਬੜੀ ਸੋਹਣੀ ਹੈ ਬੜਾ ਵਕਤ ਚੰਗਾ ਹੈ ਕਰਮ ਲਖੰਤਾ ਪਾਈਐ ਇਹ ਰੁੱਤ ਸੁਹਾਈ ਵਣ ਤ੍ਰਿਣ ਤ੍ਰੇ ਭਵਨ ਮੌਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬੌੜ ਨਾ ਤਾਈ ਇਸ ਤਰ੍ਹਾਂ ਤੂੰ ਹਰਾ ਹੋ ਜਾਏਗਾ ਹੋਰ ਅੱਗੇ ਬੇਨਤੀ ਕਰਾਂ ਕਹਿੰਦੇ ਹਰੇ ਹੋਣ ਦਾ ਤਰੀਕਾ ਕੀ ਹੈ ਤੰਦਰੁਸਤ ਹੋਣ ਦਾ ਤਰੀਕਾ ਕੀ ਹੈ ਸਾਹਿਬ ਨੇ ਬਚਨ ਕੀਤੇ ਪੰਜੇ ਵੱਧੇ ਮਹਾਬਲੀ ਕਰ ਸੱਚਾ ਢੋਵਾ ਪੰਜੇ ਮਹਾਬਲੀਦਾਰ ਤੇ ਪੰਜ ਵਿਕਾਰ ਗੁਰੂ ਨੇ ਕਿਰਪਾ ਕਰਕੇ ਢੋ ਬਣਾ ਦਿੱਤਾ ਜੁਗਤ ਬਣਾ ਦਿੱਤੀ ਪੰਜੇ ਮਹਾਬਲੀ ਬਣ ਦਿੱਤੇ ਪੰਜ ਵਿਕਾਰ ਕਿਉਂਕਿ ਇਹਨਾਂ ਨੂੰ ਬੰਦਨ ਵਾਸਤੇ ਗੁਰੂ ਦੀ ਲੋੜ ਪੈਂਦੀ ਆਪ ਨਹੀਂ ਵਿਕਾਰਾਂ ਨੂੰ ਬੰਦਾ ਵੇਖ ਲੈਂਦਾ ਹੈ ਪੰਜ ਵਿਚਾਰ ਨੇ ਜਿਹੜੇ ਬੰਦ ਨਹੀਂ ਸਕਦਾ ਸਤਗੁਰਾਂ ਨੇ ਕਿਹਾ ਇਹਦੇ ਵਾਸਤੇ ਤੈਨੂੰ ਗੁਰੂ ਦੀ ਸਹਾਇਤਾ ਚਾਹੀਦੀ ਕੋਈ ਬੰਦਾ ਸੋਚ ਕੇ ਕਵੇ ਮੈਂ ਵਾਸ਼ਨਾ ਨੂੰ ਖਤਮ ਕਰ ਦਿਆਂਗਾ ساری ਉਮਰ ਗਵਾ ਦੇਗਾ ਨਾ ਮੁਮਕਨ ਨਹੀਂ ਹੋ ਸਕਦਾ ਕੁਝ ਹੱਦ ਤੱਕ ਸੋਚ ਕੰਮ ਕਰਦੇ ਉਹਦੇ ਤੋਂ ਅੱਗੇ ਪਹਿਲਾਂ ਮਾਰਦੇ ਹੀ ਸੋਚ ਨੂੰ ਨੇ ਬੰਦੇ ਦੀ ਮਤ ਮਾਰਦੇ ਨੇ ਕਾਮ ਤੇ ਕ੍ਰੋਧ ਕੀ ਕਰਦੇ ਨੇ ਸਭ ਤੋਂ ਪਹਿਲਾਂ ਬੰਦੇ ਦੀ ਮਤ ਮਾਰ ਦਿੰਦੇ ਨੇ ਮਤ ਮਾਰੀ ਗਈ ਤੇ ਬੰਦਾ ਸੋਚੇਗਾ ਕਿ ਇਹਦੇ ਲਈ ਗੁਰੂ ਦੀ ਸਹਾਇਤਾ ਦੀ ਲੋੜ ਏ ਪੰਜੇ ਬੱਧੇ ਮਾਂ ਬਲੀ ਸਤਗੁਰੂ ਨੇ ਇੱਕ ਹੋਰ ਨਕਸ਼ਾ ਖਿੱਚਿਆ ਬਾਣੀ ਦੇ ਵਿੱਚ ਸਹਿਬ ਕਹਿੰਦੇ ਬਾਤ ਵਜਣ ਟਮਕ ਭੇਰੀਆਂ ਮਲ ਲਥੇ ਲੈੰਦੇ ਫੇਰੀਆਂ ਕਹਿੰਦੇ ਨੇ ਨਕਸ਼ਾ ਬਣ ਦਿੱਤਾ ਗੁਰੂ ਅਰਜਨ ਦੇਵ ਜੀ ਨੇ ਕਹਿੰਦੇ ਕੁਸ਼ਤੀ ਹੋ ਰਹੀ ਹੈ ਕੋਲ ਪੈ ਹੁੰਦੇ ਨੇ ਪਹਿਲਵਾਨ ਪੈ ਫਿਰਦੇ ਨੇ ਤੇ ਸਤਿਗੁਰੂ ਨੇ ਕਿਹਾ ਜਦੋਂ ਵੱਡੇ ਵੱਡੇ ਪਹਿਲਵਾਨ ਆਉਣ ਨਾ ਤੇ ਜਿਹੜਾ ਮਾੜਾ ਮੋਟਾ ਵਿਚਾਰਾ ਪਹਿਲਵਾਨ ਹੈ ਘਾਰ ਹੀ ਬਣਿਆ ਖਾਣ ਲਈ ਖੁਰਾਕ ਐ ਨਹੀਂ ਸੁੱਕੀ ਰੋਟੀ ਖਾਂਦਾ ਉਹਨੂੰ ਕਹਿੰਦੇ ਛੋਟਾ ਜਿਹਾ ਪਹਿਲਵਾਨੜਾ ਕਹਿੰਦੇ ਸਭ ਇਕੱਠੇ ਹੋਏ ਆਇਆ ਸਾਰੇ ਲੋਕ ਇਕੱਠੇ ਹੋ ਕੇ ਆਏ ਅਖਾੜਾ ਲੱਗ ਗਿਆ ਕੁਸ਼ਤੀ ਹੋਣੀ ਸੀ ਸਭ ਇਕੱਠੇ ਹੋਏ ਆਇਆ ਘਰ ਜਾਸਣ ਵਾਠ ਵਟਾਇਆ ਜਦੋਂ ਆਏ ਸਨ ਸਾਰੇ ਕੁਝ ਐ ਸਨ ਸਾਰੇ ਪਹਿਲਵਾਨ ਕਿਉਂਕਿ ਸਾਰਿਆਂ ਨੂੰ ਆਸ ਸੀ ਜਿੱਤ ਜਾਾਂਗੇ ਪਰ ਜਦੋਂ ਵਾਪਸ ਮੁੜੇ ਮੁੜੇ ਘਰ ਜਾਸਣ ਵਾਪਸ ਮੁੜੇ ਅਧਿਆਰ ਗਏ ਤੇ ਜਿੱਤ ਗਏ ਮੂੰਹ ਬਦਲ ਗਏ ਚਿਹਰੇ ਬਦਲ ਗਏ ਘਰ ਜਾਸਣ ਵਾਠ ਵਟਾਇਆ ਫਿਰ ਕਹਿੰਦੇ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜਿਉ ਇੱਥੇ ਇਸ ਧਰਤੀ ਤੇ ਗੁਰਮੁਖਾਂ ਨੇ ਤੇ ਕੁਝ ਖਟ ਲਿਆ ਲਾਹਾ ਲੈ ਲਿਆ ਤੇ ਬੜੀ ਪਿਆਰੀ ਗੱਲ ਕਹੀ ਗੁਰੂ ਅਰਜਨ ਦੇਵ ਜੀ ਨੇ ਕਹਿਣ ਲੱਗੇ ਮਨਮੁਖ ਆਪਣਾ ਮੂਲ ਵੀ ਗਵਾ ਗਏ ਮੂਲ ਦਾ ਅਰਥ ਹੈ ਰੱਬ ਵੱਲੋਂ ਜੋ ਕੁਝ ਦੇ ਕੇ ਖਲਿਆ ਗਿਆ ਸੀ ਨਾ ਵਧਾਉਣਾ ਤੇ ਉਹਨੂੰ ਕੀ ਸੀ ਕਹਿੰਦੇ ਉਹ ਵੀ ਗਵਾਚ ਗਿਆ ਵਿੱਚੋਂ ਮੂਲ ਧਨ ਜੇ ਤੁਸੀਂ ਹਿਸਾਬ ਪੜਿਆ ਹੋਵੇ ਥੋੜਾ ਜਿਹਾ ਵੀ ਸਕੂਲ ਵਿੱਚ ਮੈਥ ਪੜਿਆ ਹੋਵੇ ਉਹਦੇ ਵਿੱਚ ਇੱਕ ਸਬਜੈਕਟ ਹੈ ਉਹਦੇ ਵਿੱਚ ਇੱਕ ਲੈਸਨ ਆਉਂਦਾ ਉਹਨੂੰ ਕਹਿੰਦੇ ਮੂਲ ਧਨ ਇੱਕ ਹੁੰਦੀ ਹੈ ਵਿਆਜ ਮੂਲ ਧਨ ਦੇ ਅਰਥ ਨੇ ਮੂਲ ਦੇ ਅਰਥ ਨੇ ਜਿਹੜਾ ਧਨ ਬੰਦੇ ਕੋਲ ਆਪਣਾ ਹੁੰਦਾ ਹੈ ਉਹ ਬਾਜ਼ਾਰ ਵਿੱਚ ਲਾ ਦਿੰਦਾ ਜੇ ਤੇ ਉਹ ਵਪਾਰ ਠੀਕ ਕਰੇ ਉਹ ਧਨ ਵਧ ਜਾਂਦਾ ਹੈ ਤੇ ਜੋ ਆਲਸੀ ਹੋਵੇਗਾ ਉਹ ਆਪਣਾ ਮੂਲ ਧਨ ਵੀ ਖਾ ਜਾਂਦਾ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਮਨੁੱਖ ਨੂੰ ਇਸ ਸੰਸਾਰ ਵਿੱਚ ਭਜਿਆ ਮੂਲ ਧਨ ਦੇ ਕੇ ਕਾਹਦਾ ਸਵਾਸਾਂ ਦਾ ਧਨ ਸਵਾਸ ਦੇ ਕੇ ਭਜਿਆ ਹੁਣ ਇਹਦੀ ਮਰਜ਼ੀ ਹੈ ਸਵਾਸ ਕਾਦੇ ਵਿੱਚ ਇਹਨੇ ਬਤਾਉਣੇ ਨੇ ਕਿਹੜੇ ਪਾਸੇ ਲਾਉਣੇ ਨੇ ਜੇ ਤੇ ਇੱਕ ਇੱਕ ਸਾਹ ਦੇ ਨਾਲ ਯਾਦ ਵਿੱਚ ਜਾਉਣਾ ਤੇ ਇਹਨਾਂ ਦਾ ਮੁੱਲ ਬੜਾ ਵੱਧ ਜਾਏਗਾ ਜੇ ਇੱਕ ਇੱਕ ਸਵਾਸ ਨਾਲ ਕਿਸੇ ਦੀ ਨਿੰਦਾ ਹੀ ਕਰਨੀ ਏ ਕਿਸੇ ਦਾ ਦੁੱਖ ਕਰਨਾ ਹੈ ਜਾਂ ਹੋਰ ਨਾਵਾਂ ਤੇ ਗਵਾ ਦੇਣੇ ਨੇ ਫਿਰ ਇਹਦਾ ਮੂਲ ਗਵਾਚ ਗਿਆ ਕਹਿੰਦੇ ਮਨਮੁਖ ਚੱਲੇ ਮੂਲ ਗਵਾਏ ਜਿਓ ਫਿਰ ਕਹਿੰਦੇ ਬਾਤ ਵੱਜਨ ਟੰਮਕ ਭੇਰੀਆਂ ਮਲ ਲਥੇ ਮਲ ਦੇ ਅਰਥ ਨੇ ਪਹਿਲਵਾਨ ਲੈnde ਫੇਰੀਆਂ ਪਹਿਲਵਾਨ ਫਿਰਦੇ ਸਨ ਉਸ ਅਖਾੜੇ ਵਿੱਚ ਕਹਿੰਦੇ ਨੇ ਮੈਂ ਵੀ ਉਥੇ ਗਿਆ ਮੈਂ ਵੇਖਿਆ ਮੇਰੇ ਤੋਂ ਸਾਰੇ ਵੱਡੇ ਨੇ ਕਿਵੇਂ ਕਰੀਏ ਇਹਨਾਂ ਤੇ ਢਾ ਜਾਣ ਮਲ ਲੱਥੇ ਲੈੰਦੇ ਫੇਰੀਆਂ ਨੇ ਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜਿਓ ਮੈਂ ਬੇਨਤੀ ਕਰ ਰਿਹਾ ਸੀ ਜਿੰਨਾ ਚਿਰ ਪਹਿਲਵਾਨ ਦਾ ਉਸਤਾਦ ਨਹੀਂ ਤਾਕਤ ਭਾਵੇਂ ਕਿੰਨੀ ਹੋਵੇ ਕੁਸ਼ਤੀ ਨਹੀਂ ਜਿੱਤ ਸਕਦਾ ਉਹਦਾ ਉਸਤਾਦ ਨਹੀਂ ਉਸਤਾਦ ਕੋਲ ਹੋਵੇ ਜਦੋਂ ਪਹਿਲਵਾਨ ਕੁਲਦਾ ਹੈ ਤੂੰ ਬਾਰੋਂ ਇਸ਼ਾਰਾ ਕਰਦਾ ਉਂਗਲਾਂ ਨਾਲ ਵੀ ਹੁਣ ਤੂੰ ਇਹ ਦਾਖੇੜ ਹੁਣ ਤੂੰ ਇਹ ਦਾਖੇੜ ਜ਼ਿੰਦਗੀ ਦੀ ਘੋਲ ਜਿਹੜਾ ਹੈ ਇਹਦੇ ਵਿੱਚ ਵੀ ਜਿੰਨਾ ਚਿਰ ਗੁਰੂ ਨੂੰ ਨਾਲ ਲੈ ਕੇ ਨਾ ਤੁਰੇ ਤਾਕਤ ਬੰਦਾ ਜਿੰਨੀ ਮਰਜ਼ੀ ਲਾਜ ਹੈ ਜਿੱਤ ਕੋਈ ਨਹੀਂ ਹੁੰਦੀ ਤਾਕਤ ਨਾਲ ਜਿੱਤ ਨਹੀਂ ਗੁਰੂ ਦੇ ਸਹਾਰੇ ਨਾਲ ਗੁਰੂ ਦੀ ਜੋਗਤ ਨਾਲ ਜਿੱਤ ਹੈ ਬੇਨਤੀ ਕਰ ਰਿਹਾ ਸੀ ਸਾਹਿਬ ਕਹਿੰਦੇ ਨੇ ਗੁਰੂ ਨੇ ਕਿਰਪਾ ਕਰਕੇ ਮੇਰੀ ਜ਼ਿੰਦਗੀ ਵਿੱਚ ਪੰਜੇ ਬੱਧੇ ਮਾਂ ਬਲੀ ਕਰ ਸੱਚਾ ਢੋਵਾ ਆਪਣੇ ਚਰਨ ਜਪਾਇਨ ਵਿੱਚ ਦੈਉ ਖੜੋਵਾ ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੋਵਾ ਥੋੜਾ ਜਿਹਾ ਵਿਸ਼ਾ ਕੁਰਬਾਨੀ ਦਾ ਲਿਆ ਸੀ ਕਿ ਤਨ ਤੇ ਮਨ ਅਰੂਗ ਕਿਵੇਂ ਹੋਣ ਨਾਮ ਨਾਲ ਕਹਿੰਦੇ ਤੂੰ Arogh ਹੋ ਸਕਨ ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੋਵਾ ਦਿਨ ਰੈਣ ਨਾਮ ਧਿਆਏ ਦਾ ਫਿਰ ਪਾਏ ਨਾ ਮੋਵਾ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਵਾ ਇਹ ਉਪਦੇਸ਼ ਨੇ ਉਹਨਾਂ ਦੇ ਬਾਣੀ ਵਿੱਚ ਹੁਣ ਉਹਨਾਂ ਦੇ ਆਰੰਭਲੇ ਜੀਵਨ ਦੀ ਥੋੜੀ ਜੀ ਬੇਨਤੀ ਕਰਾਂ ਇਤਿਹਾਸ ਦੀ ਆਪ ਜੀ ਨੇ ਇਕਾਗਰਤਾ ਬਖਸ਼ਿਸ਼ ਕਰਨੀ ਕਿਉਂਕਿ ਇਹਨਾਂ ਦਿਨਾਂ ਵਿੱਚ ਉਹਨਾਂ ਦਾ ਇਤਿਹਾਸ ਕਹਿਣਾ ਅਤ ਜ਼ਰੂਰੀ ਹੈ ਮੈਂ ਬੇਨਤੀ ਕਰ ਰਿਹਾ ਸੀ ਭਟਾ ਨੇ ਕਿਹਾ ਗੁਰੂ ਅਰਜਨ ਦੇਵ ਜੀ ਗੁਰੂ ਦੇ ਘਰ ਵਿੱਚ ਜਨਮੇ ਨੇ ਥੋੜਾ ਜਿਹਾ ਉਹਨਾਂ ਦਾ ਇਤਿਹਾਸਕ ਪਿਸ਼ੋਕੜ ਜ਼ਰੂਰੀ ਹੈ ਗਿਆਨ ਲੈਣਾ ਜ਼ਰੂਰੀ ਹੈ ਮੈਂ ਬੇਨਤੀ ਕਰਾਂ ਆਉਣ ਵਾਲੇ ਦਿਨਾਂ ਵਿੱਚ ਸੁਖਮਣੀ ਸਾਹਿਬ ਦੇ ਪਾਠ ਹੋਣੇ ਨੇ ਤੁਸੀਂ ਵੇਖੋਗੇ ਕਿ ਜਦੋਂ ਸਤਗੁਰਾਂ ਦਾ ਗੁਰਪੁਰਬ ਆਉਂਦਾ ਇੱਕ ਮਹੀਨਾ ਪਹਿਲਾਂ ਸੰਗਤਾਂ ਪਾਠ ਕਰਦੀਆਂ ਨੇ ਜਾਣਕਾਰੀ ਤੋਂ ਬਿਨਾ ਤੁਸੀਂ ਵੇਖੋਗੇ ਪਾਠ ਬੜੇ ਕੀਤੇ ਜਾਂਦੇ ਨੇ ਪਰ ਪਾਠ ਅਸ਼ੁੱਧ ਹੁੰਦੇ ਨੇ ਉਹਨਾਂ ਦਾ ਉਚਾਰਨ ਠੀਕ ਨਹੀਂ ਹੁੰਦਾ ਆਪੋ ਆਪਣੀ ਮਰਜ਼ੀ ਅਨੁਸਾਰ ਸਿੱਖਣ ਦੇ ਨਾਂ ਨਾ ਸਿੱਖਣ ਦਾ ਇਹ ਕਾਰਨ ਹੈ ਕਿ ਅਸੀਂ ਕੁਝ ਸਿੱਖਿਆ ਨਹੀਂ ਪਾਠ ਕਰਨਾ ਬੜੀ ਵੱਡੀ ਗੱਲ ਇੰਨੀ ਤਪੱਸਿਆ 40 ਦਿਨ ਮਹੀਨਾ ਪਰ ਜੇ ਅਸੀਂ ਉਹਦੇ ਵਿੱਚ ਥੋੜੇ ਜਿਹਾ ਸੁਚੇਤ ਹੋਈਏ ਗੁਟਕਾ ਸਾਹਿਬ ਲੈ ਕੇ ਬੈਹਨੇ ਆ ਪੈਰਾ ਨੂੰ ਹੱਥ ਨਾ ਲਾਈਏ ਮੂੰਹ ਨੂੰ ਹੱਥ ਨਾ ਲਾਈਏ ਤਰੀਕੇ ਨਾਲ ਬਾਣੀ ਪੜ੍ਹੀਏ ਸੋਚ ਨਾਲ ਬਾਣੀ ਪੜ੍ਹੀਏ ਫਿਰ ਉਹਦਾ ਜਿਹੜਾ ਉਚਾਰਨ ਹੈ ਉਹ ਕਿਤੇ ਉਹ ਸਿੱਖੀਏ ਥੋੜਾ ਜਿਹਾ ਸਮਾ ਲਾ ਕੇ ਤੇ ਕਿਤੇ ਗੱਲ ਹੋਰ ਦੀ ਹੋਰ ਹੋ ਜਾਏ ਪਰ ਸਿੱਖ ਦੇਣੀ ਇਸੇ ਤਰ੍ਹਾਂ ਇਤਿਹਾਸ ਨੂੰ ਜਾਣਨਾ ਵੀ ਬੜਾ ਜ਼ਰੂਰੀ ਹੈ ਸਤਗੁਰਾਂ ਦਾ ਪਿਸ਼ੋਕੜ ਕੀ ਇਹ ਖਾਨਦਾਨ ਨੇ ਵੈਸੇ ਗੁਰੂ ਅਰਜਨ ਦੇਵ ਜੀ ਨੂੰ ਖਾਨਦਾਨੀ ਸ਼ਹੀਦ ਕਹਿੰਦੇ ਨੇ ਸ਼ਹਾਦਤਾਂ ਦਾ ਦੌਰ ਉਥੋਂ ਸ਼ੁਰੂ ਹੋਇਆ ਸਤਗੁਰਾਂ ਦਾ ਜਿਹੜਾ ਖਾਨਦਾਨੀ ਪਿਸ਼ੋਕੜ ਹੈ ਉਹ ਲਾਹੌਰ ਦੀ ਧਰਤੀ ਤੋਂ ਸ਼ੁਰੂ ਹੁੰਦਾ ਹੈ ਸਤਗੁਰਾਂ ਦੀ ਸ਼ਹਾਦਤ ਵੀ ਲਾਹੌਰ ਹੋਈ ਏ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਖਾਨਦਾਨੀ ਪਿਸ਼ੋਕੜ ਹੈ ਉਹ ਲਾਹੌਰ ਦੀ ਧਰਤੀ ਨਾਲ ਸੰਬੰਧਿਤ ਹੈ ਕਿਉਂਕਿ ਉਹਨਾਂ ਦੇ ਪਿਤਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨਾਲ ਉਹਨਾਂ ਦਾ ਪਿਤਾ ਦਾ ਸਬੰਧ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਲਾਹੌਰ ਜਨਮੇ ਉੱਥੋਂ ਫਿਰ ਗੁਰੂ ਰਾਮਦਾਸ ਪਾਤਸ਼ਾਹ ਛੋਟੀ ਉਮਰ ਵਿੱਚ 7 ਸਾਲ ਦੀ ਉਮਰ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਦੀ ਸ਼ਰਨ ਵਿੱਚ ਆਏ ਜਾਂ ਜਦੋਂ ਆਪਾਂ ਇਤਿਹਾਸ ਵੇਖਦੇ ਆਂ ਉਹਦੇ ਵਿੱਚ ਇੱਕ ਗੱਲ ਉਗੜ ਕੇ ਸਾਹਮਣੇ ਆਉਂਦੀ ਏ ਕਿ ਗੁਰੂ ਰਾਮਦਾਸ ਜੀ ਦਾ ਜਦੋਂ ਨਾਤਾ ਹੋਇਆ ਸੀ ਬੀਬੀ ਭਾਨੀ ਨਾਲ ਉਹ ਵਕਤ ਗੁਰਤਾ ਗੱਦੀ ਪ੍ਰਾਪਤ ਕਰਨ ਤੋਂ ਪਹਿਲਾਂ ਸੀ ਖਿਆਲ ਰੱਖਣਾ ਗੁਰੂ ਅਮਰਦਾਸ ਜੀ ਅਜੇ ਗੁਰੂ ਨਹੀਂ ਸਨ ਬਣੇ ਅਜੇ ਆਪਣੇ ਪਿੰਡ ਬਾਸਰ ਕੇ ਰਹਿੰਦੇ ਨੇ ਬਾਸਰ ਕੇ ਹੀ ਉਹਨਾਂ ਦਾ ਕਿਉਂਕਿ ਗੁਰੂ ਰਾਮਦਾਸ ਜੀ ਦਾ ਨਾਨਕ ਕੇ ਪਿੰਡ ਸੀ ਬਾਸਰ ਕੇ ਇੱਥੇ ਉਹਨਾਂ ਦਾ ਆਉਣਾ ਜਾਣਾ ਸੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ 60-62 ਸਾਲ ਦੀ ਉਮਰ ਵਿੱਚ ਗੁਰਸ਼ਰਨ ਵਿੱਚ ਆਏ। ਉਹਨਾਂ ਨੂੰ 72 ਸਾਲ ਦੀ ਉਮਰ ਵਿੱਚ ਗੁਰਤਾ ਗੱਦੀ ਮਿਲੀ। ਤੁਸੀਂ ਆਪ ਅੰਦਾਜ਼ਾ ਲਾਓ 72 ਸਾਲ ਦੀ ਉਮਰ ਵਿੱਚ ਕਿਹੜਾ ਪਿਤਾ ਹੈ ਜਿਹੜਾ ਆਪਣੀ ਬੱਚੀ ਦਾ ਨਾਤਾ ਰਿਸ਼ਤਾ ਕਰਦਾ ਹੈ। ਇਸ ਕਰਕੇ ਉਹਨਾਂ ਦਾ ਜੋ ਰਿਸ਼ਤਾ ਸੀ ਉਹ ਗੁਰੂਕਾਲ ਤੋਂ ਪਹਿਲਾਂ ਹੋ ਚੁੱਕਾ ਸੀ। ਉਸ ਵੇਲੇ ਗੁਰੂ ਅਮਰਦਾਸ ਜੀ ਬਾਸਰ ਕੇ ਰਹਿੰਦੇ ਨੇ। ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਆਏ ਗੁਰੂ ਅਮਰਦਾਸ ਜੀ ਨੇ ਆਪਣੀ ਪੁੱਤਰੀ ਬੀਬੀ ਭਾਨੀ ਜਿਨ੍ਹਾਂ ਨੂੰ ਸ਼ਹੀਦਾਂ ਦੀ ਮਾਂ ਕਹਿੰਦੇ ਨੇ ਜਿਨ੍ਹਾਂ ਨੂੰ ਸ਼ਹੀਦ ਸ਼ਹੀਦ ਗੁਰੂ ਦੀ ਮਾਂ ਕਹਿੰਦੇ ਨੇ ਜਿਨ੍ਹਾਂ ਨੂੰ ਸ਼ਹੀਦ ਗੁਰੂ ਦੀ ਦਾਦੀ ਪਰਦਾਦੀ ਤੇ ਅੱਗੋਂ ਬੜੀ ਲੰਮੀ ਅਸਲ ਚੱਲਦੀ ਹੈ ਇਹਨੂੰ ਕਹਿੰਦੇ ਨੇ ਸ਼ਹੀਦ ਖਾਨਦਾਨ ਬੀਬੀ ਭਾਨੀ ਦਾ ਖਾਨਦਾਨ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਖਾਨਦਾਨ ਬੀਬੀ ਭਾਨੀ ਨੇ ਅਣਥੱਕ ਸੇਵਾ ਕੀਤੀ ਆਪਣੇ ਪਿਤਾ ਦੀ ਗੁਰੂ ਅਮਰਦਾਸ ਜੀ ਦੀ ਪੁੱਤਰੀ ਸਨ ਤੇ ਗੁਰੂ ਰਾਮਦਾਸ ਜੀ ਨਾਲ ਵਿਆਹੇ ਗਏ ਬੀਬੀ ਭਾਨੀ ਜੀ ਇਸ ਹਿਸਾਬ ਨਾਲ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਦੇ ਦਮਾਦ ਜਵਾਈ ਸਨ ਬੀਬੀ ਭਾਨੀ ਜੀ ਪੁੱਤਰੀ ਸਨ ਜਦੋਂ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਆਏ ਉੱਥੇ ਨਾਲ ਇਹ ਜੋੜਾ ਵੀ ਗੁਰੂ ਅਰਜਨ ਦੇਵ ਜੀ ਦੇ ਮਾਤਾ ਪਿਤਾ ਵੀ ਆ ਗਏ ਭਾਵ ਬੀਬੀ ਭਾਨੀ ਜੀ ਤੇ ਗੁਰੂ ਰਾਮਦਾਸ ਜੀ ਜਿਵੇਂ ਗੋਇੰਦਵਾਲ ਆਏ ਇੱਥੇ ਹੀ ਉਹਨਾਂ ਨੇ ਗੁਰੂ ਰਾਮਦਾਸ ਜੀ ਨੇ ਤਕਰੀਬਨ 22 ਸਾਲ ਤੋਂ ਵੀ ਜ਼ਿਆਦਾ ਗੁਰੂ ਅਮਰਦਾਸ ਜੀ ਦੀ ਹਜ਼ੂਰੀ ਵਿੱਚ ਰਹਿ ਕੇ ਦਿਨ ਰਾਤ ਸੇਵਾ ਕੀਤੀ ਤੇ ਬੀਬੀ ਭਾਨੀ ਜੀ ਦੀ ਡਿਊਟੀ ਸੀ ਪਿਤਾ ਗੁਰੂ ਗੁਰੂ ਅਮਰਦਾਸ ਜੀ ਦੀ ਨਿੱਜੀ ਤੌਰ ਤੇ ਸੇਵਾ ਕਰਨੀ ਜਿਹਨੂੰ ਆਪਾਂ ਕਹਿੰਦੇ ਆ ਗੜਵਾਈ ਲੱਗ ਜਾਣਾ ਕੱਪੜੇ ਧੋਣੇ ਇਸ਼ਨਾਨ ਕਰਾਉਣਾ ਲੰਗਰ ਪਾਣੀ ਬਣਾਉਣਾ ਕੰਮ ਕਰਨਾ ਇਹਨਾਂ ਦਿਨਾਂ ਦੇ ਵਿੱਚ ਹੀ ਮੈਂ ਬੇਨਤੀ ਕਰ ਰਿਹਾ ਸੀ ਗੁਰੂ ਅਰਜਨ ਦੇਵ ਜੀ ਆਪਣੇ ਨਾਨੇ ਗੁਰੂ ਅਮਰਦਾਸ ਜੀ ਦੀ ਗੋਦ ਵਿੱਚ ਜਨਮੇ ਨੇ ਕਿਉਂ ਜਨਮ ਉਦੋਂ ਹੋਇਆ ਜਦੋਂ ਉਹਨਾਂ ਦੀ ਮਾਤਾ ਗੁਰੂ ਸੇਵਾ ਵਿੱਚ ਲੱਗੀ ਸੀ ਦਿਨ ਰਾਤ ਹੁਣ ਤੁਸੀਂ ਕਦੇ ਸੋਚੋ ਜਿਹੜੀ ਮਾਂ ਦਿਨ ਰਾਤ ਗੁਰੂ ਦੀ ਸੇਵਾ ਵਿੱਚ ਰਹੇ ਉਸ ਘਰ ਵਿੱਚ ਬੱਚਾ ਕਿਵੇਂ ਦਾ ਜਨਮ ਲਏਗਾ ਕਈਆਂ ਨੇ ਤੇ ਨਾਮ ਵੀ ਪਹਿਲਾਂ ਮੋਣੀ ਕਿਹਾ ਬਾਅਦ ਵਿੱਚ ਭਾਨੀ ਕਿਹਾ ਕਿਉਂਕਿ ਬੀਬੀ ਭਾਨੀ ਦਾ ਸੁਭਾਅ ਜਿਹੜਾ ਭਾਣੇ ਵਿੱਚ ਰਹਿਣ ਵਾਲਾ ਸੀ ਦਿਨ ਰਾਤ ਭਾਣੇ ਵਿੱਚ ਰਹਿਣ ਵਾਲਾ ਸੇਵਾ ਕਰਨੀ ਪਿਤਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਸੇਵਾ ਵਿੱਚ ਜੁਟੇ ਰਹਿਣਾ ਤੇ ਉਹਨਾਂ ਨੂੰ ਖੁਸ਼ ਕਰਨਾ ਇੱਥੇ ਇੱਕ ਬਚਨ ਕਰ ਬੇਨਤੀ ਕਰਾਂ ਸੇਵਾ ਕਰਦੇ ਗੁਰੂ ਅਰਜਨ ਦੇਵ ਜੀ ਦਾ ਜਨਮ ਹੋਇਆ ਗੁਰੂ ਅਮਰਦਾਸ ਜੀ ਬੜੇ ਖੁਸ਼ ਸਨ ਉਹਨਾਂ ਤੇ ਉੱਤੇ ਬੜਾ ਪਿਆਰ ਕਰਦੇ ਸਨ ਆਪਣੇ ਦੋਤਰੇ ਨੂੰ ਔਰ ਮੈਂ ਬੇਨਤੀ ਕਰਾਂ ਸਾਧ ਸੰਗਤ ਸਤਿਗੁਰੂ ਇਹਨਾਂ ਪਿਆਰ ਕਰਦੇ ਸਨ ਕਿ ਤਿੰਨ ਕਠਿਨਾਵਾਂ ਵਾਪਰੀਆਂ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਤਿੰਨ ਕਠਿਨਾਵਾਂ ਤਿੰਨ ਬਖਸ਼ਾ ਤਿੰਨ ਵਰ ਦਿੱਤੇ ਗੁਰੂ ਅਮਰਦਾਸ ਜੀ ਨੇ ਪਹਿਲਾ ਵਚਨ ਕੀਤਾ ਸੀ ਗੁਰੂ ਅਰਜਨ ਦੇਵ ਜੀ ਗੋਇੰਦਵਾਲ ਸਾਹਿਬ ਛੋਟੇ ਹੋਏ ਰਿੜਦੇ ਸਨ ਆਪਣੇ ਨਾਨੇ ਦੀ ਉਹ ਥਾਂ ਤੇ ਚੁਬਾਰਾ ਸਾਹਿਬ ਗੁਰਦੁਆਰਾ ਤੁਸੀਂ ਵੇਖਦੇ ਹੋ ਉੱਥੇ ਰਿੜਦੇ ਸਨ ਤੇ ਉਹ ਗੁਰੂ ਅਮਰਦਾਸ ਜੀ ਦੀ ਚਰਨ ਧੂੜ ਉਹਨਾਂ ਦੇ ਪਿੰਡੇ ਨੂੰ ਲੱਗਦੀ ਰਹੇ। ਗੁਰੂ ਅਮਰਦਾਸ ਜੀ ਦੇ ਚਰਨਾਂ ਦੀ ਧੂੜ ਜਿਹੜੀ ਸੀ ਕਿਉਂਕਿ ਜਿਹੜੇ ਘਰ ਵਿੱਚ ਸਤਿਗੁਰੂ ਰਹਿੰਦੇ ਸਨ ਉੱਥੇ ਗੁਰੂ ਅਰਜਨ ਦੇਵ ਜੀ ਤੇ ਮਾਤਾ ਬੀਬੀ ਭਾਨੀ ਜੀ ਸੇਵਾ ਪਾਣੀ ਕਰਦੇ ਸਨ। ਤੇ ਜਿੱਥੇ ਮਾਂ ਨੇ ਰਹਿਣਾ ਛੋਟਾ ਬੱਚਾ ਨਾਲ ਰਹਿੰਦਾ ਤੁਸੀਂ ਵੇਖੋਗੇ। ਛੋਟੇ ਹੁੰਦਿਆਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਸ ਵੇੜੇ ਵਿੱਚ ਰੜਦੇ ਨੇ। ਗੁਰੂ ਅਮਰਦਾਸ ਜੀ ਕਦੀ ਪਲੰਗ ਤੇ ਬੈਹਂਦੇ ਨੇ ਉਮਰ ਜਿਹੜੀ ਸੀ ਬੜੀ ਬਜ਼ੁਰਗ ਸੀ ਉਹਨਾਂ ਦੀ ਕਹਿੰਦੇ ਨੇ ਇੱਕ ਦਿਨ ਖੇਡਦਿਆਂ ਖੇਡਦਿਆਂ ਗੁਰੂ ਅਰਜਨ ਦੇਵ ਮੈਂ ਸ਼ਬਦ ਵਰਤ ਰਿਹਾ ਉਸ ਵੇਲੇ ਨਾਮ ਸੀ ਉਹਨਾਂ ਦਾ ਅਰਜਨ ਬਾਲਕ ਦੇ ਰੂਪ ਵਿੱਚ ਰਿੜਦੇ ਰਿੜਦੇ ਨਾਨੇ ਦੇ ਪਲੰਗ ਕੋਲ ਚਲੇ ਗਏ ਗੁਰੂ ਅਮਰਦਾਸ ਜੀ ਜਿਸ ਪਲੰਗ ਤੇ ਬੈਠੇ ਨੇ ਤੇ ਪਲੰਗ ਦੇ ਪਾਵੇ ਨੂੰ ਹੱਥ ਪਾ ਲਿਆ ਜਦੋਂ ਪਾਵੇ ਨੂੰ ਹੱਥ ਪਾਇਆ ਤੇ ਇਤਿਹਾਸ ਕਹਿੰਦਾ ਹੈ ਕਿ ਗੁਰੂ ਅਰਜਨ ਦੇਵ ਜੀ ਦਾ ਸਰੀਰ ਸ਼ੁਰੂ ਤੋਂ ਹੀ ਭਾਰਾ ਸੀ ਭਾਰੀ ਸਰੀਰ ਸੀ ਉਹਨਾਂ ਦਾ ਪਾਵੇ ਨੂੰ ਜਦੋਂ ਹੱਥ ਪਾਇਆ ਤੇ ਗੁਰੂ ਅਮਰਦਾਸ ਜੀ ਦਾ ਮੰਝਾ ਥੋੜਾ ਜਿਹਾ ਹਿੱਲ ਗਿਆ ਸਬਬ ਬਣਦਾ ਹੈ ਤਰੀਕਾ ਬਣ ਜਾਂਦਾ ਜਿਵੇਂ ਦਾ ਵਰਤਣਾ ਹੋਵੇ ਜਦੋਂ ਮੰਝਾ ਹਿੱਲਿਆ ਤੇ ਗੁਰੂ ਅਮਰਦਾਸ ਜੀ ਉੱਠ ਕੇ ਬੈਠ ਗਏ ਥੱਲੇ ਵੇਖਿਆ ਅਰਜਨ ਦੇਵਾਏ ਨੇ ਰੜਦੇ ਹੋਏ ਸਰੀਰ ਤੇ ਮਿੱਟੀ ਲੱਗੀ ਹੋਈ ਏ ਜਦੋਂ ਪਲੰਘ ਲਿਆ ਤੇ ਸਾਧ ਸੰਗਤ ਗੁਰੂ ਅਮਰਦਾਸ ਜੀ ਨੇ ਸੁਭਾਵਕ ਇੱਕ ਸ਼ਬਦ ਕਿਹਾ ਕਿਹੜਾ ਵੱਡਾ ਪੁਰਖ ਹੈ ਭਾਰੀ ਜਿਨਨੇ ਮੰਜੀ ਹਿਲਾਈ ਸਾਡੀ ਸਾਰੀ ਜਿਨਨੇ ਸਾਡੀ ਸਾਰੀ ਮੰਜੀ ਹਿਲਾ ਦਿੱਤੀ ਏ ਕਿਹੜਾ ਭਾਰੀ ਪੁਰਖ ਕਿਹੜਾ ਹੈ ਵਜਨਦਾਰ ਕੌਣ ਹੈ ਤੇ ਮਾਤਾ ਪਾਨੀ ਜੀ ਕੋਲ ਵਿਚਰਦੇ ਸਨ ਉਹ ਦੌੜ ਕੇ ਗਏ ਭੱਜ ਕੇ ਗਏ ਕਿਉਂਕਿ ਉਹਨਾਂ ਨੂੰ ਇੱਕ ਫਿਕਰ ਰਹਿੰਦਾ ਸੀ ਮੈਂ ਕੱਲ ਵੀ ਬੇਨਤੀ ਕੀਤੀ ਸੀ ਗੁਰੂ ਅਮਰਦਾਸ ਜੀ ਦੀ ਰਸਨਾ ਤੋਂ ਜਿਹੜੇ ਸ਼ਬਦ ਨਿਕਲਦੇ ਸਨ ਉਹ ਵਾਪਰ ਜਾਂਦੇ ਸਨ ਉਸੇ ਵੇਲੇ ਉਹਨਾਂ ਸੋਚਿਆ ਕਿ ਕੋਲ ਗਏ ਨੇ ਬਾਲਕ ਅਰਜਨ ਜੀ ਕਿਤੇ ਕੋਈ ਅਵੱਗਿਆ ਨਾ ਹੋ ਜਾਏ ਕਿਤੇ ਕੋਈ ਗਲਤ ਗੱਲ ਨਾ ਹੋ ਜਾਏ ਦੌੜ ਕੇ ਗਏ ਬੱਚੇ ਨੂੰ ਚੁੱਕ ਲਿਆ ਅਰਜਨ ਦੇਵ ਜੀ ਨੂੰ ਤੇ ਉਸੇ ਵੇਲੇ ਸ਼ਬਦ ਕਿਹਾ ਕਹਿਣ ਲੱਗੇ ਮਹਾਰਾਜ ਇਹ ਤੁਹਾਡਾ ਦੋਹਿਤਾ ਹੈ ਦੋਹਿਤਾ ਪੰਜਾਬੀ ਵਿੱਚ ਨਾਨੇ ਤੇ ਦੋਤਰੇ ਦਾ ਸ਼ਬਦ ਵਰਤਿਆ ਜਾਂਦਾ ਤੁਹਾਡਾ ਦੋਹਿਤਾ ਹੈ ਗੁਰੂ ਅਮਰਦਾਸ ਜੀ ਹੋਰ ਤਰੁੱਠ ਪੈ ਕਹਿਣ ਲੱਗੇ ਦੋਹਿਤਾ ਬਾਣੀ ਕਾ ਬੋਇਤਾ ਬਾਣੀ ਦਾ ਜਹਾਜ਼ ਮਾਤਾ ਭਾਨੀ ਜੀ ਨੇ ਕਿਹਾ ਮਹਾਰਾਜ ਇਹ ਸ਼ਬਦ ਨਹੀਂ ਸਮਝ ਆਏ ਕਹਿਣ ਲੱਗੇ ਭਾਨੀਏ ਇਹਦੀ ਰਸਨਾ ਤੋਂ ਨਿਰੰਤਰ ਬਾਣੀ ਉਚਾਰਨ ਹੋਵੇਗੀ ਇਹਦੀ ਰਸਨਾ ਤੋਂ ਨਿਰੰਤਰ ਬਾਣੀ ਚੱਲੇਗੀ ਪ੍ਰਵਾਹ ਚੱਲੇਗਾ ਤੁਸੀਂ ਕਈ ਵਾਰੀ ਵੇਖੋਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਹਿਬ ਕਰਾਉਂਦੇ ਹੋ ਜਦ ਬਾਣੀ ਪੜੀ ਜਾਂਦੀ ਜਿੱਥੇ ਜਾ ਕੇ ਗੁਰੂ ਅਰਜਨ ਦੇਵ ਜੀ ਦੀ ਬਾਣੀ ਆਉਂਦੀ ਨਿਰੰਤਰ ਸ਼ਬਦ ਇੱਕੋ ਜਿਹਾ ਚੱਲੇ ਜਾਂਦੇ ਨੇ ਤੇਜ਼ ਗਤੀ ਵਿੱਚ ਇਹ ਬਾਣੀ ਕਾ ਬੋਤ ਹੈ ਬਾਣੀ ਕਾ ਜਹਾਜ਼ ਦੋ ਵਰਦਾਨ ਦੇ ਦਿੱਤੇ ਦੋ ਬਖਸ਼ਾਂ ਹੋ ਗਈਆਂ ਇੱਕ ਤੀਜੀ ਘਟਨਾ ਵੀ ਆਪ ਜੀ ਨਾਲ ਸਾਂਝੀ ਕਰਦੇ ਆ ਕਿਉਂਕਿ ਆਰੰਭ ਦੇ ਨੇ ਸ਼ਬਦ ਇੱਕ ਤੀਜੀ ਘਟਨਾ ਸਾਦ ਸੰਗਤ ਹੋਰ ਵਾਪਰੀ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਭੋਜਨ ਸ਼ਕਦੇ ਨੇ ਪੈ ਪ੍ਰਸ਼ਾਦ ਸ਼ਕਦੇ ਨੇ ਤੇ ਅਰਜਨ ਦੇਵ ਜੀ ਬੱਚੇ ਦੇ ਰੂਪ ਵਿੱਚ ਰਿੱਢਦੇ ਹੋਏ ਬਿਲਕੁਲ ਨੇੜੇ ਆ ਕੇ ਬੈਠ ਗਏ ਵੇਖਿਆ ਪਿਛਲੇ ਪਾਸਿਓਂ ਦੀ ਗਏ ਇੱਕ ਗੱਲ ਪੱਕੀ ਏ ਪਿਆਰ ਜ਼ਰੂਰ ਕਰਦੇ ਹੋਣਗੇ ਆਪਣੇ ਦੋਤਰੇ ਨੂੰ ਕਿਉਂਕਿ ਦੂਜੇ ਕਿਤੇ ਨੇੜੇ ਆਏ ਨਹੀਂ ਦੱਸੇ ਦੋਤਰੇ ਹੋਰ ਵੀ ਸੰਤੋ ਮਾਦੇਵ ਤੇ ਪ੍ਰਿਥੀ ਮਲ ਇਹਨਾਂ ਦੋਵਾਂ ਦਾ ਜ਼ਿਕਰ ਨਹੀਂ ਆਉਂਦਾ ਕਿਤੇ ਨੇੜੇ ਆਏ ਹੋਣ ਹੁਣ ਨੇੜੇ ਆਉਣ ਵਾਲੇ ਕਰਮ ਹੋਣ ਤੇ ਤਾਂ ਗੁਰੂ ਦੇ ਬੰਦਾ ਨੇੜੇ ਆਵੇ ਨਾ ਆਵੇ ਕਿਵੇਂ ਇਹ ਵੀ ਦਾਤ ਆਪੇ ਸਬੰਧ ਬਣਦੇ ਨੇ ਵੈਸੇ ਨਹੀਂ ਧੱਕੇ ਨਾਲ ਨਹੀਂ ਨੇੜੇ ਆਏ ਤੇ ਨੇੜੇ ਆ ਕੇ ਥਾਲ ਨੂੰ ਹੱਥ ਪਾ ਲਿਆ ਆਪਣੇ ਨਾਨੇ ਦੇ ਥਾਲ ਨੂੰ ਹੱਥ ਪਾ ਕੇ ਖਿੱਚਿਆ ਵਿੱਚੋਂ ਭੋਜਨ ਕੱਢਣ ਦਾ ਯਤਨ ਕੀਤਾ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਇੱਕ ਤੀਜੀ ਬਖਸ਼ਿਸ਼ ਕੀਤੀ ਇੱਕ ਤੀਜਾ ਬਚਨ ਕੀਤਾ ਉਹ ਬਚਨ ਸੀ ਠਹਿਰੋ ਥਾਲ ਦੇ ਆ ਮਾਲਕਾ ਅਜੇ ਤੇਰਾ ਵਕਤ ਨਹੀਂ ਆਇਆ ਠਹਿਰ ਜਾ ਅਜੇ ਅਜੇ ਤੇਰਾ ਸਮਾਂ ਨਹੀਂ ਆਇਆ ਔਰ ਸਤਿਗੁਰੂ ਨੇ ਫਿਰ ਇੱਕ ਸ਼ਬਦ ਵੀ ਉਚਾਰਿਆ ਥਾਲੇ ਵਿੱਚ ਤ੍ਰੈ ਵਸਤੂ ਪਈਓ ਹਰ ਅੰਮ੍ਰਿਤ ਭੋਜਨ ਸਾਰ ਇਹ ਗੁਰੂ ਅਮਰਦਾਸ ਜੀ ਦਾ ਸ਼ਬਦ ਸੀ ਇਸੇ ਸ਼ਬਦ ਨੂੰ ਇਸ ਥਾਲ ਦੀ ਤੇ ਗੱਲ ਚੱਲੀ ਜਿਹਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਕਿਹਾ ਵੀ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭਸ ਆਧਾਰੋ ਇਹ ਤਿੰਨ ਚੀਜ਼ਾਂ ਪਈਆਂ ਨੇ ਜਿਨ੍ਹਾਂ ਦਾ ਆਧਾਰ ਨਾਮ ਵਿੱਚ ਸਤ ਸੰਤੋਖ ਤੇ ਵਿਚਾਰ ਜਿਹੜੀਆਂ ਨਿਕਲੀਆਂ ਨਾਮ ਵਿੱਚੋਂ ਨੇ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭਸ ਆਧਾਰੋ ਜੇ ਕੋ ਖਾਵੇ ਜੇ ਕੋ ਇਹਨਾਂ ਵਸਤੂਆਂ ਨੂੰ ਖਾ ਲਏਗਾ ਕਿਉਂਕਿ ਇਹ ਵਸਤੂਆਂ ਤੰਨ ਨਾਲ ਨਹੀਂ ਖਾਧੀਆਂ ਜਾਂਦੀਆਂ ਇਹ ਵਸਤੂਆਂ ਮਨ ਨਾਲ ਖਾਧੀਆਂ ਜਾਂਦੀਆਂ ਨੇ ਸਤ ਸੰਤੋਖ ਤੇ ਵਿਚਾਰ ਮਨ ਨਾਲ ਖਾਧੀਆਂ ਜਾਂਦੀਆਂ ਜੇ ਕੋ ਖਾਵੇ ਜੇ ਕੋ ਪੁੰਚੈ ਤੇ ਫਿਰ ਵਿਦਵਾਨਾਂ ਨੇ ਦੇ ਅਰਥ ਕਰ ਦਿੱਤੇ ਕਹਿੰਦੇ ਜੇ ਕੋ ਪਚਾਲਵੇ ਇਸ ਨੂੰ ਖਾਣ ਦਾ ਅਰਥੇ ਸੁਣਨਾ ਪਚਾਉਣ ਦਾ ਅਰਥੇ ਮੰਨ ਲੈਣਾ ਦੋ ਚੀਜ਼ਾਂ ਨੇ ਹੁਣ ਸੁਣਦੇ ਤੇ ਅਸੀਂ ਬੜਾ ਕੁਝਾਂ ਸੁਣਦੇ ਬੜਾ ਕੁਝਾਂ ਪਰ ਅੰਦਰ ਮਨ ਪੂਰੀ ਤਰ੍ਹਾਂ ਬੜਾ ਘੱਟ ਮੰਨਦਾ ਹੈ ਚਲੋ ਸੁਣਿਆ ਜਾਏ ਚੰਗੀ ਗੱਲ ਕਦੇ ਨਾ ਕਦੀ ਮਨ ਵੀ ਮੰਨੇਗਾ ਖਾਦਾ ਜਾਏ ਚੰਗੀ ਗੱਲ ਤਾਂ ਹੀ ਪਜੇਗਾ ਅੰਦਰ ਖੂਨ ਬਣੇਗਾ ਪਰ ਕਹਿੰਦੇ ਜਿਨ੍ਹਾਂ ਨੇ ਇਹ ਜਿਹੜਾ ਥਾਲ ਸੀ ਇਹਦਾ ਭੋਜਨ ਖਾ ਲਿਆ ਤੇ ਪਚਾ ਲਿਆ ਜੇ ਕੋ ਖਾਵੇ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ ਉਸ ਜੀਵ ਦਾ ਉਧਾਰ ਹੋ ਜਾਏਗਾ ਤੇ ਜਿਨ੍ਹਾਂ ਨੂੰ ਇਹ ਭੋਜਨ ਸਵਾਦ ਲੱਗ ਗਿਆ ਨਾ ਸਾਹਿਬ ਕਹਿੰਦੇ ਇਹ ਵਸਤ ਤਜੀ ਨਹਿ ਜਾਈ ਜਿਵੇਂ ਅਮਲੀ ਤੋਂ ਅਮਲ ਨਹੀਂ ਤਜਿਆ ਜਾਂਦਾ ਜਿਵੇਂ ਸਾਧ ਸੰਗਤ ਮਾਇਆ ਧਾਰੀ ਤੋਂ ਮਾਇਆ ਨਹੀਂ ਤਜੀ ਜਾਂਦੀ ਜਿਵੇਂ ਜ਼ਮੀਨ ਵਾਲੇ ਤੋਂ ਜ਼ਮੀਨ ਨਹੀਂ ਛੱਡੀ ਜਾਂਦੀ ਜਿਹੜੇ ਰਸ ਵਿੱਚ ਬੰਦਾ ਪਿਆ ਉਹ ਛੱਡ ਨਹੀਂ ਸਕਦਾ ਇਸੇ ਤਰ੍ਹਾਂ ਕਹਿੰਦੇ ਜਿਨ ਨੇ ਇਹ ਵਸਤੂ ਨਾਮ ਦੀ ਪ੍ਰਾਪਤ ਕਰ ਲਈ ਉਹ ਫਿਰ ਇਹਨੂੰ ਛੱਡ ਨਹੀਂ ਸਕਦਾ ਇਹ ਵਸਤ ਤਜੀ ਨਹ ਜਾਈ ਨਿਤ ਨਿਤ ਰਖ ਉਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਜਿਨਨੇ ਖਾਲਿਆ ਬ੍ਰਹਮ ਦਾ ਪਸਾਰਾ ਦਿਸ ਪਿਆ ਪਰਮਾਤਮਾ ਪ੍ਰਗਟ ਹੋ ਗਿਆ ਬੇਨਤੀ ਕਰ ਰਿਆ ਸੀ ਥਾਲ ਨੂੰ ਹੱਥ ਪਾਇਆ ਕਈਆਂ ਨੇ ਤੇਥੋਂ ਤੱਕ ਵੀ ਲਿਖਿਆ ਵੀ ਇੱਕ ਦਿਨ ਨਜ਼ਦੀਕ ਤਾਂ ਬੜੀ ਸਿਨਾਂ ਨੇ ਤੂੜ ਬੜੀ ਲਈ ਗੁਰੂ ਅਮਰਦਾਸ ਜੀ ਦੇ ਚਰਨਾਂ ਦੇ ਚਰਨ ਤਾਂ ਪਰ ਸਕਿਆਤ ਚਰਨ ਗੁਰ ਅਮਰ ਪਵਲਰੈ ਭਟਾ ਨੇ ਕਿਹਾ ਉਸ ਬੰਦੇ ਦੇ ਚਰਨ ਸਫਲ ਹੋ ਗਏ ਜਿਹੜਾ ਗੁਰੂ ਅਮਰਦਾਸ ਜੀ ਵੱਲ ਚੱਲ ਕੇ ਗਿਆ ਤੇ ਗੁਰੂ ਅਮਰਦਾਸ ਜੀ ਦੇ ਕੋਲ ਸਹਿਜ ਸੁਭਾਈ ਗੁਰੂ ਅਰਜਨ ਦੇਵ ਜੀ ਨੂੰ ਇਹ ਸਾਰੀਆਂ ਚੀਜ਼ਾਂ ਪ੍ਰਾਪਤ ਚਰਨ ਤਾਂ ਪਰ ਸਕਿਆਤ ਚਰਨ ਗੁਰ ਅਮਰ ਪਵਲਰੈ ਹੱਥ ਤਾਂ ਪਰ ਸਕਿਆਥ ਹੱਥ ਲੱਗੈ ਗੁਰ ਅਮਰ ਪੈ ਉਹ ਹੱਥ ਸਫਲ ਨੇ ਜਿਹੜੇ ਗੁਰੂ ਅਮਰਦਾਸ ਜੀ ਦੇ ਪੈਰਾਂ ਤੇ ਲੱਗਦੇ ਨੇ ਸਾਦ ਸੰਗਤ ਧਿਆਨ ਦੇਣਾ ਜਦੋਂ ਅਰਜਨ ਦੇਵ ਜੀ ਰਿੜਦੇ ਸਨ ਉਸ ਵੇੜੇ ਵਿੱਚ ਸਾਰੇ ਵੇੜੇ ਵਿੱਚ ਗੁਰੂ ਅਮਰਦਾਸ ਜੀ ਦੇ ਚਰਨ ਲੱਗੇ ਹੋਏ ਸਨ ਸਾਰੇ ਵੇੜੇ ਵਿੱਚ ਤੇ ਜਦੋਂ ਬੱਚਾ ਰਿੜਦਾ ਤੁਹਾਨੂੰ ਪਤਾ ਪਹਿਲਾਂ ਹੱਥ ਲਾਉਂਦਾ ਹੈ ਜਿੰਨੇ ਲੋਕਾਂ ਨੇ ਵੱਡੇ ਕੰਮ ਕੀਤੇ ਨੇ ਉਹਨਾਂ ਦੇ ਹੱਥ ਕਿਤੇ ਸਤਗੁਰਾਂ ਦੀ ਧੂੜੀ ਨੂੰ ਜ਼ਰੂਰ ਲੱਗੇ ਨੇ ਇਹਨਾਂ ਹੱਥਾਂ ਨਾਲ ਵੱਡੇ ਕੰਮ ਵੈਸੇ ਬੰਦਾ ਕਰ ਹੀ ਨਹੀਂ ਸਕਦਾ ਹੱਥ ਤਾਂ ਪਰ ਸਕਿਆ ਹੱਥ ਹੱਥ ਲੱਗੇ ਗੁਰ ਅਮਰਪੈ ਜਿਹੀ ਤਾਂ ਪਰ ਸਕਿਆ ਹੱਥ ਜਿਹੀ ਗੁਰ ਅਮਰਪਣੀਜੈ ਉਹ ਰਸਨਾ ਸਫਲ ਹੋਗੇ ਜਿਨੇ ਗੁਰੂ ਅਮਰਦਾਸ ਜੀ ਨੂੰ ਦੇ ਉਸਤਤ ਵਿੱਚ ਕੁਝ ਕਿਆ ਨੈਣ ਤਾਂ ਪਰ ਸਕਿਆਤ ਨੈਣ ਗੁਰ ਅਮਰਪਖਿਜੈ ਤੇ ਅਰਜਨ ਦੇਵ ਪਾਤਸ਼ਾਹ ਜੀ ਨੇ ਕਿੰਨੀ ਵਾਰੀ ਆਪਣੇ ਨਾਨੇ ਨੂੰ ਵੇਖਿਆ ਹੋਵੇਗਾ ਕਿੰਨੀ ਵਾਰੀ ਦੇਖਿਆ ਹੋਵੇਗਾ ਜਦੋਂ ਬੰਦੇ ਸਨ ਖਲੋਂਦੇ ਸਨ ਇਥੋਂ ਤੱਕ ਵੀ ਇੱਕ ਘਟਨਾ ਨਾਲ ਕਵੀ ਸੰਤੋਖ ਸਿੰਘ ਜੀ ਨੇ ਲਿਖੀਏ ਕਿ ਇੱਕ ਦਿਨ ਬਾਲਕ ਅਰਜਨ ਦੇਵ ਜੀ ਰਿੜਦੇ ਰਿੜਦੇ ਨਾਨੇ ਦੇ ਪਲੰਗ ਦੇ ਕੋਲ ਗਏ ਅਜੇ ਕੱਦ ਛੋਟਾ ਸੀ ਪਾਵੇ ਨੂੰ ਹੱਥ ਪਾ ਕੇ ਤੇ ਇੱਕ ਪੈਰ ੜਾ ਕੇ ਪਲੰਗ ਦੇ ਉੱਤੇ ਚੜਨ ਦੀ ਕੋਸ਼ਿਸ਼ ਕਰਨ ਲੱਗ ਪਿਆ ਜਦੋਂ ਪਲੰਗ ਦੇ ਉੱਤੇ ਚੜਨ ਦੀ ਕੋਸ਼ਿਸ਼ ਕਰਦੇ ਨੇ ਤੇ ਗੁਰੂ ਅਮਰਦਾਸ ਜੀ ਨੇ ਥੋੜਾ ਜਿਹਾ ਮਖੌਲ ਦੇ ਸੁਭਾਅ ਵਿੱਚ ਇੱਕ ਸ਼ਬਦ ਕਿਹਾ ਵੈਸੇ ਹੈ ਉਹਦੇ ਵਿੱਚ ਗਿਆਨ ਸੀ ਉਹ ਸ਼ਬਦ ਸੀ ਕਹਿਣ ਲੱਗੇ ਬੜਾ ਲਾਲਚੀ ਹੈ ਅਜੇ ਪਿਤਾ ਨੂੰ ਤੇ ਗੁਰਦਾ ਗੱਦੀ ਕਰ ਲੈਣ ਦੇ ਬਾਅਦ ਵਿੱਚ ਚੜੇ ਉੱਤੇ ਇਹ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਹੁਣ ਇਹ ਚੀਜ਼ਾਂ ਵੱਜੀਆਂ ਹੋਈਆਂ ਨੇ ਪਹਿਲਾਂ ਅਜੇ ਤੇ ਤੇਰੇ ਪਿਤਾ ਦੀ ਵਾਰੀ ਏ ਉਹਨੂੰ ਕਰ ਲੈਣ ਦੇ ਫਿਰ ਤੇਰੀ ਵਾਰੀ ਆ ਜਾਏ ਕਿੰਨਾ ਨਜ਼ਦੀਕੀ ਪਿਆਰ ਇਸ ਕਰਕੇ ਜਿੱਦਣ ਗੁਰੂ ਰਾਮਦਾਸ ਜੀ ਨੇ ਗੁਰਤਾ ਗੱਦੀ ਦਿੱਤੀ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਵਿਰੋਧ ਬੜਾ ਹੋਇਆ ਵੱਡੇ ਭਰਾ ਵੱਲੋਂ ਕਈਆਂ ਵੱਲੋਂ ਵੈਰ ਵਿਰੋਧ ਹੋਇਆ ਤੇ ਗੁਰੂ ਰਾਮਦਾਸ ਜੀ ਨੇ ਇੱਕ ਬਚਨ ਕਿਹਾ ਸੀ ਕਹਿਣ ਲੱਗੇ ਇਹ ਗੱਦੀ ਮੈਂ ਅਰਜਨ ਨੂੰ ਨਹੀਂ ਦਿੱਤੀ ਇਹ ਥਾਪੀ ਤਾਂ ਇਸ ਦੇ ਨਾਨੇ ਨੇ ਲਾਈ ਸੀ ਇਹ ਸ਼ਬਦ ਕਹਿ ਇਹ ਗੱਦੀ ਤਾਂ ਨਾਨੇ ਭਾਬ ਗੁਰੂ ਅਮਰਦਾਸ ਜੀ ਨੇ ਦੇ ਦਿੱਤੀ ਸੀ ਮੈਂ ਥੋੜੀ ਦਿੱਤੀ ਧੁਰ ਤੋਂ ਸਭ ਕੁਝ ਮਿੱਥਿਆ ਹੋਇਆ ਸੀ ਕੀਤਾ ਹੋਇਆ ਸੀ ਤਾਂ ਇਸ ਤਰ੍ਹਾਂ ਤਿੰਨ ਕੌਤਕ ਵਾਪਰੇ ਉਸ ਥਾਂ ਤੇ ਤਿੰਨ ਘਟਨਾਵਾਂ ਵਾਪਰੀਆਂ ਇੱਕ ਭਾਈ ਗੁਰਦਾਸ ਜੀ ਦਾ ਛੋਟਾ ਜਿਹਾ ਵਾਕਿਆ ਥੋੜੇ ਮਿੰਟਾਂ ਵਿੱਚ ਸਾਂਝਾ ਕਰਦਾ ਜਾਵਾਂ ਜਿਹਦੇ ਵਿੱਚ ਬੜੀ ਡੂੰਗੀ ਰਮਜ ਹੈ ਕਿਉਂਕਿ ਮੈਂ ਬੇਨਤੀ ਕਰਾਂ ਗੁਰੂ ਨਾਨਕ ਦੀ ਗੱਦੀ ਗੁਰੂ ਰਾਮਦਾਸ ਜੀ ਤੱਕ ਪਰਿਵਾਰ ਵਿੱਚ ਨਹੀਂ ਆਈ ਇਤਿਹਾਸ ਵਿੱਚ ਵੇਖੋ ਪਰਿਵਾਰ ਤੋਂ ਬਾਹਰ ਗਈ ਗੁਰੂ ਨਾਨਕ ਦੇਵ ਜੀ ਨੇ ਪਰਿਵਾਰ ਤੋਂ ਬਾਹਰ ਦਿੱਤੀ ਗੁਰੂ ਅੰਗਦ ਦੇਵ ਜੀ ਨੇ ਪਰਿਵਾਰ ਤੋਂ ਬਾਹਰ ਦਿੱਤੀ ਗੁਰੂ ਅਮਰਦਾਸ ਜੀ ਨੇ ਪਰਿਵਾਰ ਤੋਂ ਬਾਹਰ ਦਿੱਤੀ ਪਰ ਗੁਰੂ ਰਾਮਦਾਸ ਜੀ ਤੋਂ ਅੱਗੇ ਪਰਿਵਾਰ ਤੋਂ ਬਾਹਰ ਨਹੀਂ ਗਈ ਭਾਵੇਂ ਕਿ ਆਪਾਂ ਕਹਿ ਸਕਦੇ ਹਾਂ ਵੀ ਗੁਰੂ ਅਮਰਦਾਸ ਜੀ ਨੇ ਪਰਿਵਾਰ ਵਿੱਚ ਦਿੱਤੀ ਦਮਾਦ ਸਨ ਪਰ ਉਹਨਾਂ ਦੇ ਖਾਨਦਾਨ ਵਿੱਚ ਨਹੀਂ ਸੀ ਉਹ ਪੁੱਤਰਾਂ ਵਿੱਚ ਨਹੀਂ ਸੀ ਪੁੱਤਰਾਂ ਨੂੰ ਨਹੀਂ ਦਿੱਤੇ ਕਹਿੰਦੇ ਨੇ ਇਹ ਬਚਨ ਬੀਬੀ ਭਾਨੀ ਨੇ ਕੀਤੇ ਸਨ ਗੁਰੂ ਅਮਰਦਾਸ ਜੀ ਨਾਲ ਜਦੋਂ ਬੜੇ ਖੁਸ਼ ਹੋਏ ਉਹਨਾਂ ਦੀ ਸੇਵਾ ਤੋਂ ਕਈ ਪ੍ਰਕਾਰ ਦੀਆਂ ਸਾਖੀਆਂ ਆਉਂਦੀਆਂ ਨੇ ਕਿ ਬੀਬੀ ਭਾਨੀ ਜੀ ਨੇ ਉਸ ਚੌਂਕੀ ਦੇ ਥੱਲੇ ਆਪਣਾ ਪੈਰ ਰੱਖ ਦਿੱਤਾ ਸੀ ਜਿਹਦੇ ਉੱਤੇ ਗੁਰੂ ਅਮਰਦਾਸ ਜੀ ਬੈਠ ਕੇ ਨਾਮ ਜਪਿਆ ਕਰਦੇ ਸਨ ਕਈਆਂ ਨੇ ਕਿਹਾ ਕਿ ਜਿਹੜੀ ਚੌਂਕੀ ਤੇ ਇਸ਼ਨਾਨ ਕਰਦੇ ਸਨ ਬਹਿ ਕੇ ਉਹਦੇ ਥੱਲੇ ਪੈਰ ਦਿੱਤਾ ਸੀ ਬਕਰੇ ਬਕਰੇ ਇਹ ਖਿਆਲ ਨੇ ਆਪ ਜੀ ਕਹੋਗੇ ਉੱਥੇ ਤੇ ਇਸ਼ਨਾਨ ਦੀ ਗੱਲ ਕੀਤੀ ਸੀ ਸੂਰਜ ਪ੍ਰਕਾਸ਼ ਪੜ ਕੇ ਵੇਖੋ ਉੱਥੇ ਜਿੱਥੇ ਨਾਮ ਜਪਦੇ ਨੇ ਉਹਦਾ ਜ਼ਿਕਰ ਆਉਂਦਾ ਕੁਝ ਵੀ ਹੋਵੇ ਗੱਲ ਇੱਕੋ ਹੀ ਹੈ ਗੱਲ ਸਿਰਫ ਇੱਥੇ ਖੜੀਏ ਸੇਵਾ ਬੜੀ ਅਟੁੱਟ ਕੀਤੀ ਬੀਬੀ ਭਾਨੀ ਨੇ ਤੇ ਕੱਲੀ ਸੇਵਾ ਨਹੀਂ ਕੀਤੀ ਮਰਜੀ ਮਰਜੀ ਮਾਰ ਕੇ ਸੇਵਾ ਕੀਤੀ ਇਥੋਂ ਤੱਕ ਬਚਨ ਆਉਂਦਾ ਇੱਕ ਵਾਰੀ ਸਭਾਵਕ ਗੁਰੂ ਅਮਰਦਾਸ ਜੀ ਨੇ ਕਿਹਾ ਕਿ ਧੀਏ ਪਾਨੀਏ ਜੇ ਕਰਤਾਰ ਦੀ ਰਜਾ ਵਰਤੇ RAMDAS ਗੁਜਰ ਜਾਏ RAMDAS ਗੁਜਰ ਜਾਏ ਦਾ ਭਾਵ ਤੇਰਾ ਪਤੀ ਗੁਜਰ ਜਾਏ ਤੇ ਤੂੰ ਕੀ ਕਹੇਂਗੀ ਤੇ ਬੀਬੀ ਪਾਨੀ ਨੂੰ ਪਤਾ ਹੈ ਜਿਹੜਾ ਗੁਰੂ ਪੁੱਛ ਰਿਹਾ ਲੋਕ ਪਰਲੋਕ ਦਾ ਮਾਲਕ ਉਸੇ ਵੇਲੇ ਕਹਿ ਸਕਦੇ ਸਨ ਕਿ ਸੱਚੇ ਪਾਤਸ਼ਾਹ ਇਹ ਨਾ ਹੋਣ ਦਿਆ ਜੇ ਕਰ ਵੀ ਸਕਦੇ ਸਨ ਪਰ ਵੇਖੋ ਬੀਬੀ ਭਾਨੀ ਜੀ ਦਾ ਜੀਵਨ ਐਵੇਂ ਨਹੀਂ ਗੁਰੂ ਅਰਜਨ ਦੇਵ ਜੀ ਤਤੀ ਤਵੀ ਤੇ ਬੈਠੇ ਐਵੇਂ ਨਹੀਂ ਸਾਧ ਸੰਗਤ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ ਸਾਬਜਾਦਿਆਂ ਦੀਆਂ ਸ਼ਹਾਦਤਾਂ ਇਸ ਪਰਿਵਾਰ ਵਿੱਚੋਂ ਐਵੇਂ ਨਹੀਂ ਹੋਈਆਂ ਇਹਦੇ ਪਿੱਛੇ ਇੱਕ ਭਾਣਾ ਮੰਨਣ ਵਾਲੀ ਮਾਂ ਦਾ ਹੱਥ ਹੈ ਭਾਣੇ ਦੀ ਮੂਰਤ ਜਦੋਂ ਗੁਰੂ ਅਮਰਦਾਸ ਜੀ ਨੇ ਕਿਹਾ ਧੀਏ ਭਾਨੀਏ ਤੂੰ ਕੀ ਕਰੇਂਗੀ ਜੇ RAMDAS ਗੁਜਰ ਜਾਏ ਤੇ ਸਿਰ ਝੁਕਾ ਦਿੱਤਾ ਬੀਬੀ ਭਾਨੀ ਨੇ ਜਿਹਦਾ ਅਰਥ ਸੀ ਕਿ ਜੋ ਕੁਝ ਵਰਤੇਗਾ ਆਪ ਜੀ ਕਿਰਪਾ ਕਰਨੀ ਉਸ ਭਾਣੇ ਨੂੰ ਮੰਨ ਲਵਾਂ ਬਸ ਗੁਰੂ ਅਮਰਦਾਸ ਜੀ ਬੜੇ ਖੁਸ਼ ਹੋਏ ਕਹਿੰਦੇ ਨੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ 7 ਸਾਲ ਗੁਰੂ ਕੇ ਸਵਾਰਿਓ ਗੁਰੂ ਰਾਮਦਾਸ ਜੀ ਨੂੰ ਦਿੱਤੇ ਸਨ ਆਪਣੀ ਆਰਬਲਾ ਦੇ ਵਿੱਚੋਂ 7 ਸਾਲ ਬਖਸ਼ੇ ਸੇ ਇਹ ਭਾਵੇਂ ਅਸੀਂ ਕਈ ਵਾਰੀ ਕਹਿੰਦੇ ਮੰਨਣ ਵਿੱਚ ਨਹੀਂ ਆਉਂਦਾ ਮੰਨਣ ਵਿੱਚ ਤੇ ਬੜਾ ਕੁਝ ਨਹੀਂ ਆਉਂਦਾ ਕੁਝ ਚੀਜ਼ਾਂ ਸੁਨਹਿਰੀ ਨੇ ਉਹਨਾਂ ਨੂੰ ਨਾ ਛੱਡੀਏ ਨਾ ਕੱਟੀਏ ਇਹ ਕਾਰਨ ਸੀ ਇਹ ਗੱਲ ਜ਼ਰੂਰ ਹੋਈ ਕਿਉਂਕਿ ਇਹਦੇ ਸਬੂਤ ਮਿਲਦੇ ਨੇ ਇਹ ਕਾਰਨ ਸੀ ਕਿ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਗੁਰਤਾ ਗਦੀ ਮਿਲੀ ਇਸ ਗੱਲ ਦਾ ਪੱਕਾ ਪਤਾ ਲੱਗ ਚੁੱਕਾ ਸੀ ਪ੍ਰਿਥੀ ਚੰਦ ਨੂੰ ਕਿ 7 ਸਾਲ ਗੁਰੂ ਅਮਰਦਾਸ ਜੀ ਨੇ ਦਿੱਤੇ ਨੇ ਗੁਰੂ ਰਾਮਦਾਸ ਜੀ ਦੀ ਉਮਰ 7 ਸਾਲੀ ਗੁਰਤਾ ਗਦੀ ਦੀ ਤੇ ਹੁਣ ਇਹਨਾਂ ਨੇ ਚਲਾਣਾ ਕਰ ਜਾਣਾ ਆਪਾਂ ਨੇੜੇ ਰਹੀਏ ਤੇ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਭੇਜ ਦਈਏ ਇਹ ਕਾਰਨ ਸੀ ਪਤਾ ਸੀ ਸਾਰਾ ਤਾں ਭੇਜਿਆ ਲਾਹੌਰ ਵੀ ਜਿਨ੍ਹਾਂ ਦਿਨਾਂ ਵਿੱਚ ਇਹਨਾਂ ਸਰੀਰ ਤਿਆਗਣਾ ਉਹਨਾਂ ਦਿਨਾਂ ਵਿੱਚ ਅਰਜਨਦੇਵ ਜੀ ਨੂੰ ਲਾਹੌਰ ਭੇਜ ਦਿਓ ਗੁਰਤਾ ਗੱਦੀ ਆਪ ਲੈ ਲਵਾਂਗੇ ਪਰ ਬੇਨਤੀ ਜਿਹੜੀ ਸਾਂਝੀ ਕਰ ਰਿਹਾ ਸੀ ਆਪ ਜੀ ਦੇ ਚਰਨਾਂ ਵਿੱਚ ਕਿ ਭਾਣੇ ਵਿੱਚ ਰਹੇ ਤੇ ਗੁਰੂ ਨੇ ਆਪਣੀ ਉਮਰ ਵੀ ਕੱਢ ਕੇ ਦੇ ਦਿੱਤੀ ਇਹਦਾ ਮਤਲਬ ਜੇ ਅਸੀਂ ਭਾਵ ਕਢੀਏ ਇਹ ਹੈ ਕਿ ਜੇ ਅਸੀਂ ਗੁਰੂ ਦੇ ਭਾਣੇ ਵਿੱਚ ਰਹੀਏ ਗੁਰੂ ਨੇ ਹੋਰ ਤੇ ਦੇਣਾ ਹੀ ਦੇਣਾ ਸਿੱਖ ਨੂੰ ਆਪਣੀ ਉਮਰ ਵੀ ਦੇ ਸਕਦਾ ਹੈ ਆਪਣੀ ਆਰਬਲਾ ਦੇ ਸਕਦਾ ਹੈ ਬੀਬੀ ਭਾਨੀ ਦੀ ਸੇਵਾ ਤੋਂ ਬੜੇ ਖੁਸ਼ ਹੋਏ ਤੇ ਇੱਕ ਦਿਨ ਪੁੱਛਿਆ ਦੱਸ ਤੈਨੂੰ ਕੁਝ ਚਾਹੀਦਾ ਹੈ ਤੂੰ ਸੇਵਾ ਬਹੁਤ ਕੀਤੀ ਹੈ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਬੀਬੀ ਭਾਨੀ ਨੇ ਇੱਕ ਦਾਤ ਮੰਗੀ ਕਿ ਕਿਰਪਾ ਕਰਨੀ ਇਹ ਜਿਹੜੀ ਦਾਤ ਗੁਰਗੱਦੇ ਦੇ ਇਹ ਘਰ ਦੀ ਘਰ ਵਿੱਚ ਹੀ ਰਹਿ ਜਾਏ ਬਾਹਰ ਨਾ ਜਾਏ ਇਹ ਕੱਲਾ ਇਤਿਹਾਸ ਨਹੀਂ ਇਹ ਭਾਈ ਗੁਰਦਾਸ ਜੀ ਦੀਆਂ 12 ਵਿੱਚ ਲਿਖਿਆ ਹੋਇਆ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਾਨ ਨਾ ਦੇਸਾਂ ਸੋਡਿਓ ਹੋਰ ਸ ਅਜਰ ਨ ਜਰਿਆ ਜਾਵੇ ਇਹ ਪੌੜੀ ਸ਼ੁਰੂ ਹੁੰਦੀ ਏ ਜਿਹਦੇ ਵਿੱਚ ਦਿੱਚਾ ਪੂਰਬ ਦੇਵਨਾ ਜਿਸ ਦੀ ਵਸਤ ਤਿਸੈ ਘਰ ਆਵੇ ਜਿਹਦੀ ਵਸਤੂ ਉਹਦੇ ਘਰ ਆਵੇਗੀ ਇਹਦੇ ਅੱਗੇ ਸਿਰਫ ਮੈਂ ਇੱਕ ਸ਼ਬਦ ਲੈ ਰਿਹਾ ਕਿ ਇਹ ਬਚਨ ਕੀਤੇ ਉਹਨਾਂ ਨੇ ਜਾਣ ਨਾ ਦੇ ਸੰਸੋਡੀਆਂ ਹੁਣ ਇਸ ਪੰਕਤੀ ਦੇ ਵਿੱਚ ਸਵਾਰਥ ਪ੍ਰਤੀਤ ਹੁੰਦਾ ਹੈ ਖਿਆਲ ਲੱਗ ਬੜਾ ਵੱਡਾ ਸਵਾਲ ਖੜਾ ਹੁੰਦਾ ਜੇ ਬਾਬਾ ਸ੍ਰੀ ਚੰਦ ਨੇ ਗੁਰਤਗ ਦੀ ਮੰਗੀ ਗੁਰੂ ਨਾਨਕ ਦੇਵ ਜੀ ਨੇ ਨਹੀਂ ਦਿੱਤੀ ਗੁਰਵੰਗਤ ਦੇਵ ਜੀ ਦੇ ਪੁੱਤਰਾਂ ਨੇ ਮੰਗੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪੁੱਤਰਾਂ ਨੇ ਵੀ ਮੰਗੀ ਮੰਗਣ ਵਾਲਿਆਂ ਨੂੰ ਗੁਰੂ ਨੇ ਨੇ ਦਿੱਤੀ ਬੜਾ ਵੱਡਾ ਸਵਾਲ ਏ ਬੀਬੀ ਭਾਨੀ ਨੇ ਵੀ ਤੇ ਉਸੇ ਤਰ੍ਹਾਂ ਮੰਗੀ ਨਾ ਜਿਵੇਂ ਉਹਨਾਂ ਨੇ ਮੰਗੀ ਉਹਨਾਂ ਨੂੰ ਨਹੀਂ ਮਿਲੀ ਇਹਨਾਂ ਨੂੰ ਕਿਉਂ ਮਿਲ ਗਈ ਕੀ ਕਾਰਨ ਇਹ ਬੜਾ ਲੰਮਾ ਵਿਚਾਰ ਹੈ ਜਿਹਦੇ ਵਿੱਚ ਬੀਬੀ ਭਾਨੀ ਮੰਗਦੀ ਏ ਕਹਿੰਦੀ ਏ ਇਹ ਗੱਦੀ ਮੇਰੇ ਪਰਿਵਾਰ ਤੋਂ ਅੱਗੇ ਨਾ ਜਾਏ ਮੇਰੇ ਘਰ ਤੋਂ ਅੱਗੇ ਨਾ ਜਾਏ ਇਸ ਘਰ ਦੇ ਵਿੱਚ ਰਹੇ ਅੱਗੋਂ ਜਿਹੜੀ ਗੱਦੀ ਜਿੰਨੇ ਗੁਰੂ ਹੋਣਗੇ ਉਹ ਮੇਰੇ ਪਰਿਵਾਰ ਵਿੱਚ ਹੋਣੇ ਚਾਹੀਦੇ ਬੜਾ ਵੱਡਾ ਸਵਾਰਥ ਪ੍ਰਤੀਤ ਹੁੰਦਾ ਹੈ ਬੜਾ ਵੱਡਾ ਮੇਰਾਪਣ ਪ੍ਰਤੀਤ ਹੁੰਦਾ ਵੀ ਆਪਣੇ ਪਰਿਵਾਰ ਦੇ ਲਾਲਚ ਵਿੱਚ ਨੇ ਪਰ ਇਹਦੇ ਪਿੱਛੇ ਮੰਤਵ ਕੀ ਹੈ ਬਹੁਤ ਡੂੰਗਾ ਹੈ ਇਹਦੇ ਪਿੱਛੇ ਸਵਾਰਥ ਨਹੀਂ ਇਹਦੇ ਪਿੱਛੇ ਪਰਿਵਾਰਵਾਦ ਨਹੀਂ ਇਹਦੇ ਪਿੱਛੇ ਕੋਈ ਸੰਸਾਰੀ ਖਿੱਚ ਨਹੀਂ ਇਹਦੇ ਪਿੱਛੇ ਇੱਕ ਅਧਿਆਤਮਕ ਉਸੂਲ ਕੰਮ ਕਰਦਾ ਹੈ ਇਹਦੇ ਪਿੱਛੇ ਇੱਕ ਸੱਚ ਦਾ ਅਸੂਲ ਕੰਮ ਕਰਦਾ ਜਿਹਨੂੰ ਆਪਾਂ ਕੱਲ ਨੂੰ ਵਿਚਾਰਾਂਗੇ ਕੀ ਕਾਰਨ ਸੀ ਕਿ ਬੀਬੀ ਭਾਨੀ ਨੇ ਉਹੀ ਸ਼ਬਦ ਵਰਤੇ ਜੋ ਪਹਿਲੇ ਗੁਰੂਆਂ ਦੇ ਪੁੱਤਰਾਂ ਨੇ ਵਰਤੇ ਸਨ ਵੀ ਸਾਨੂੰ ਗੱਦੇ ਦੇ ਦਿਓ ਪਰ ਬੀਬੀ ਭਾਨੀ ਦੇ ਸ਼ਬਦ ਪ੍ਰਵਾਨ ਕਿਉਂ ਹੋਏ ਇਹ ਆਪਾਂ ਕੱਲ੍ਹ ਵੀ 4ਾਂ